ਅੱਜ ਸਾਡੇ ਕੋਲ ਪੰਜਾਬ ਤੋਂ ਨਤੜਕ ਜਰਨੈਲ ਪ੍ਰਸਿੱਧ ਪੱਤਰਕਾਰ ਸਰਦਾਰ ਸਰਨ ਸਿੰਘ ਦਾਨੇਵਾਲੀਆ ਆਏ ਹੋਏ ਹਨ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਬਹੁਤ ਸਮਾਂ ਆਪਣਾ ਸਮਾਂ ਜੋ ਹੈ ਉਹ ਪੱਤਰਕਾਰੀ ਦੇ ਵਿੱਚ ਗੁਜ਼ਾਰਿਆ ਹੈ। ਅਤੇ ਸੱਚ ਨੂੰ ਸੱਚ ਕਹਿਣਾ ਬੜਾ ਔਖਾ ਹੈ, ਫੁੱਲ ਨੂੰ ਫੁੱਲ ਅਤੇ ਕੰਡੇ ਨੂੰ ਕੰਡਾ ਕਹਿਣਾ ਇੱਕ ਬੜਾ ਵੱਡਾ ਗੁਣ ਹੁੰਦਾ ਹੈ। ਅਤੇ ਨਿਡਰ ਹੋ ਕੇ ਫਰੀ ਹੋ ਕੇ ਇਹ ਗੱਲਾਂ ਕਹਿਣੀਆਂ ਜਾਂ ਲੋਕਾਂ ਨੂੰ ਦੱਸਣੀਆਂ ਇਹ ਇੱਕ ਵਿਲੱਖਣਤਾ ਹੁੰਦੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਨ ਸਿੰਘ ਦਾਨੇਵਾਲੀਆ ਜੀ। ਸਤਿ ਸ਼੍ਰੀ ਅਕਾਲ ਜੀ, ਸਦਾ ਮਨਜੀਤ ਸਿੰਘ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹੋ ਅਤੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਕੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਚੱਲਦੇ ਹਾਂ ਜੀ ਪੰਜਾਬ ਵੱਲ। ਜੀ, ਭਾਵੇਂ ਅਸੀਂ ਕਾਫੀ ਦੇਰ ਤੋਂ ਅਮਰੀਕਾ ਵਿੱਚ ਰਹਿ ਰਹੇ ਹਾਂ ਜਾਂ ਬਾਹਰਲੇ ਮੁਲਕਾਂ 'ਚ ਰਹਿ ਰਹੇ ਹਾਂ ਜੀ, ਪਰ ਸਾਡਾ ਜੋ ਮਨ ਹੈ, ਜੋ ਸਾਡਾ ਦਿਲ ਹੈ, ਉਹ ਅਜੇ ਵੀ ਪੰਜਾਬ ਦੇ ਵਿੱਚ ਹੈ। ਅਤੇ ਜਦੋਂ ਵੀ ਕੋਈ ਪੰਜਾਬ ਨੂੰ ਢਾਹ ਲੱਗਦੀ ਹੈ ਜਾਂ ਜਿਹੜਾ ਮਾਹੌਲ ਵਿਗੜਦਾ ਹੈ ਤਾਂ ਬੜਾ ਮਨ ਉਦਾਸ ਹੁੰਦਾ ਹੈ। ਹੁਣ ਤੁਸੀਂ ਉੱਥੋਂ ਆਏ ਹੋ, ਤੁਹਾਨੂੰ ਸਾਰਾ ਪਤਾ ਹੈ, ਅਤੇ ਤੁਹਾਡੇ ਕੋਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸ਼ੂ ਤਾਂ ਬਹੁਤ ਹੋ ਸਕਦੇ ਹਨ, ਪਰ ਉਹ ਕਿਹੜਾ ਇਹੋ ਜਿਹਾ ਵਿਸ਼ਾ ਜਾਂ ਇਹੋ ਜਿਹਾ ਕੋਈ ਠੋਸ ਹੱਲ ਹੈ ਜਿਹੜਾ ਕਿ ਪੰਜਾਬ ਦੇ ਹਾਲਾਤਾਂ ਨੂੰ ਸੁਧਾਰ ਸਕਦਾ ਹੈ? ਸਦਾ ਮਨਜੀਤ ਸਿੰਘ ਜੀ, ਤੁਸੀਂ ਇੱਕ ਨਾ ਸਵਾਲ ਬੜਾ ਵਾਸਟ ਕਰ ਦਿੱਤਾ ਹੈ। ਹੁਣ ਗੱਲ ਪੰਜਾਬ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਹਾਂਜੀ, ਪੰਜਾਬ ਇੱਕ ਬਿਮਾਰ ਸੂਬਾ ਹੈ, ਇਹ ਅੱਜ ਦਾ ਨਹੀਂ ਹੈ, ਸੰਨ 47 ਤੋਂ ਹੀ ਬਿਮਾਰ ਹੈ। ਠੀਕ ਹੈ ਜੀ। ਭਾਰਤ ਆਜ਼ਾਦ ਨਹੀਂ ਹੋਇਆ, ਵੰਡਿਆ ਪੰਜਾਬ ਗਿਆ ਸੀ, ਸਾਡੇ ਵਿਚਾਲੇ ਲਕੀਰ ਖਿੱਚਤੀ। ਹਾਂਜੀ, ਹਜੇ ਆ ਕੇ ਲੋਕਾਂ ਨੇ ਭਾਂਡੇ ਟਿੰਡੇ ਸਜਾਏ ਨਹੀਂ ਸੀ ਕਿ ਪੰਜਾਬੀ ਸੂਬਾ ਚੱਲ ਪਿਆ। ਹਾਂਜੀ, ਪੰਜਾਬ ਦੇ ਵਿੱਚੋਂ ਹਰਿਆਣਾ ਵੱਢਦਾ ਅਤੇ ਹਿਮਾਚਲ ਵੱਢਦਾ। ਹਾਂਜੀ, ਸੋ ਕਹਿਣ ਤੋਂ ਭਾਵ ਕਿ ਜਿਹੜੇ ਜਿੱਥੇ ਜਾ ਕੇ ਕਿਤੇ ਕੋਈ ਉਹਨਾਂ ਨੂੰ ਢੋਅ ਮਿਲੀ ਸੀ, ਉਹਨਾਂ ਨੇ ਸਮਾਨ ਜਦੋਂ ਰੱਖਿਆ ਸੀ ਤਾਂ ਉਹ ਦੂਜੇ ਉਜਾੜੇ ਦੀ ਉਹਨਾਂ ਨੇ ਸਾਹਮਣਾ ਕਰਨਾ ਪੈ ਗਿਆ। ਹੁਣ ਦੂਜੇ ਉਜਾੜੇ 'ਚ ਕੀ ਹੋਇਆ ਕਿ ਜਿਵੇਂ ਮੋਟੀ ਜੀ ਗੱਲ ਕਰਦੇ ਹਾਂ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਕੁਛ ਹਿੱਸੇ ਹਿਸਾਰ ਜ਼ਿਲ੍ਹੇ ਨਾਲ ਸੰਬੰਧਿਤ ਸਨ। ਹਾਂਜੀ, ਜੇ ਕਿਸੇ ਨੇ ਆਪਣਾ ਕਲੇਮ ਲੈਣਾ ਸੀ ਤਾਂ ਉਹ ਹਿਸਾਰ ਜਾਂਦਾ ਸੀ। ਅੱਛਾ ਜੀ। ਜਦੋਂ ਪੰਜਾਬ ਵੰਡਿਆ ਗਿਆ ਤਾਂ ਜਿਹੜੇ ਪਿੰਡ ਹਿਸਾਰ ਜ਼ਿਲ੍ਹੇ ਸੀਗੇ, ਪੰਜਾਬ ਵਾਲੇ ਪਾਸੇ ਵਾਲੇ ਫਿਰੋਜ਼ਪੁਰ ਆ ਗਏ। ਉਹ ਜਿੱਥਾ ਕੁ ਉਹ ਸਿਰੇ ਪਹੁੰਚਿਆ ਸੀ ਤਾਂ ਉਹ ਸਮਾਨ ਉਹਦਾ ਚੱਕਿਆ ਅਤੇ ਫਿਰੋਜ਼ਪੁਰ ਆ ਗਿਆ ਫਾਈਲਸ। ਹੁਣ ਉਹਨੂੰ ਜਗ੍ਹਾ ਕਿੱਥੇ ਮਿਲਣੀ ਸੀ? ਜਗ੍ਹਾ ਮਿਲਣੀ ਸੀ ਕਿਤੇ ਸਿਰਸੇ ਕੋਲੇ, ਕਿਉਂਕਿ ਜ਼ਿਲ੍ਹਾ ਤਾਂ ਹਿਸਾਰ ਸੀ। ਹੁਣ ਫਿਰ ਪ੍ਰੋਸੈਸ ਸ਼ੁਰੂ ਹੋਇਆ ਕਿ ਇਹਨੂੰ ਜ਼ਮੀਨ ਕਿੱਥੇ ਦਿੱਤੀ ਜਾਵੇ ਤਾਂ ਕਲੇਮ ਕਿੱਥੇ ਸੈਟਲ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਬੰਦੇ ਨੂੰ ਰਾਜਸਥਾਨ ਜਾਂ ਹਰਿਆਣੇ ਤਾਂ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਸੀ। ਸੋ ਉਹ ਫੇਰ ਕਰਦੇ ਕਰਾਉਂਦੇ ਜਿੱਥੇ ਉਹਨੂੰ 1000 ਕਿੱਲਾ ਪਾਕਿਸਤਾਨ ਛੱਡਿਆ ਆ, 500 ਦਾ ਕਲੇਮ ਬਣਿਆ, ਅਤੇ ਕਈਆਂ ਦੇ ਤਾਂ ਸਦਾ ਮਨਜੀਤ ਸਿੰਘ ਜੀ ਕਾਗਜ਼ ਗੁਆਚ ਗਏ ਅਤੇ ਉਹਨਾਂ ਨੂੰ ਮਿਲਿਆ ਹੀ ਕੱਖ ਨਹੀਂ। ਰਾਈਟ, ਇਹ ਉਜਾੜਾ ਦੂਜਾ ਹੋਇਆ, ਕਹਿਣ ਤੋਂ ਬਾਅਦ ਪੰਜਾਬ ਫਿਰ ਬਿਮਾਰ ਹੋ ਗਿਆ। ਹਾਂਜੀ, ਫਿਰ 1984 ਦਾ ਸਿੱਖ ਕਤਲੇਆਮ। ਯੈਸ, ਸਿੱਖ ਕਤਲੇਆਮ ਨੇ ਸਿੱਖਾਂ ਦਾ ਉਜਾੜਾ, ਪਹਿਲਾਂ ਪੰਜਾਬੀਆਂ ਦਾ ਉਜਾੜਾ ਹੋਇਆ। ਹਾਂਜੀ, ਸਿੱਖ ਕਤਲੇਆਮ ਨੇ ਸਿੱਖਾਂ ਦਾ ਉਜਾੜਾ ਕੀਤਾ ਭਾਰਤ ਦੇ ਵਿੱਚੋਂ। ਸੋ ਉਹਨਾਂ ਕੋਲ ਜੋ ਬਚਿਆ, ਸੰਨ 47 ਵਾਲੇ ਉਹੀ ਹਾਲਾਤ ਹੋਏ, ਭੁੱਖੇ ਪਾਣੇ ਕੁੱਛੜ ਬੱਚੇ ਚੁੱਕੇ ਢੋਈ ਲੈਂਦੇ, ਉਹਨਾਂ ਨੇ ਪੰਜਾਬ ਦੇ ਵਿੱਚ ਆ ਡਿੱਗੇ ਅਤੇ ਪੰਜਾਬ ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਥਾਂ ਮਿਲੀ ਉਹ ਦਿੱਤੀ। ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਨਾਂ ਦਿੱਤਾ ਦੰਗਾ ਪੀੜਿਤ। ਦੰਗਾ, ਪਹਿਲਾਂ ਨਾਂ ਕੀ ਦਿੱਤਾ? ਸ਼ਰਨਾਰਥੀ। ਫਿਰ ਕੀ ਨਾਂ ਦਿੱਤਾ? ਦੰਗਾ ਪੀੜਿਤ। ਉਹ ਹਜੇ ਤੱਕ ਜਿਹੜੇ ਪੰਜਾਬ ਦਿੱਲੀ ਛੱਡ ਕੇ ਆ ਗਏ, ਕਾਨਪੁਰ ਛੱਡ ਕੇ ਆ ਗਏ, ਬੰਬੇ ਛੱਡ ਕੇ ਆ ਗਏ, ਉਹ ਪੰਜਾਬੀ ਨਹੀਂ, ਉਹ ਸਿੱਖ ਨਹੀਂ ਬਣ ਸਕੇ, ਉਹ ਦੰਗਾ ਪੀੜਿਤ ਬਣ ਗਏ। ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ, ਉਹ ਕੋਈ ਲਾਹੌਰੀਆ, ਕੋਈ ਬਹਾਵਲਪੁਰੀ ਹੈ, ਕੋਈ ਕੁਛ ਹੈ, ਅਤੇ ਕਹਿਣ ਤੋਂ ਭਾਵ ਇਹ ਕਹਿੰਦੇ ਆ ਭਾਈ ਇਹ ਸ਼ਰਨਾਰਥੀ ਨੇ। ਕਹਿਣ ਤੋਂ ਭਾਵ ਉਹਨਾਂ ਦੀ ਤੀਜੀ ਪੀੜ੍ਹੀ ਜੰਮ ਪਈ ਆ
ਉਹਨਾਂ ਦੇ ਗਲ 'ਚੋਂ ਸ਼ਰਨਾਰਥੀ ਦਾ ਪਟਾ ਨਹੀਂ ਉਤਰਿਆ, ਦੰਗਾ ਪੀੜਤਾਂ ਦਾ ਪਟਾ ਨਹੀਂ ਉਤਰਿਆ। ਸੋ ਕਹਿਣ ਤੋਂ ਭਾਵ ਕਿ ਪੰਜਾਬ ਤਾਂ ਉਦੋਂ ਦਾ ਬਿਮਾਰ ਚੱਲਿਆ ਆਉਂਦਾ ਅਤੇ ਇਸ ਬਿਮਾਰ ਪੰਜਾਬ ਨੂੰ ਕਿਸੇ ਨੇ ਦਬਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਸੋ ਇਹਨੂੰ ਡਰਾਇਆ ਹੈ। ਹਾਂਜੀ, ਇੱਥੋਂ ਦੇ ਰਹਿਣ ਵਾਲੇ ਬੰਦਿਆਂ ਨੂੰ ਡਰਾਇਆ, ਇਹਨੂੰ ਚੂਸਿਆ। ਜਿਵੇਂ ਕਹਿੰਦੇ ਨਾ, ਮਾੜਾ ਬੰਦਾ ਜਦੋਂ ਹੈਗਾ, ਲੁੱਟ ਕਿਹਦੀ ਹੁੰਦੀ ਹੈ? ਲੁੱਟ ਗਰੀਬ ਦੀ ਹੁੰਦੀ ਹੈ। ਹਾਂਜੀ, ਲੁੱਟ ਕਿਹਦੀ ਹੁੰਦੀ ਹੈ? ਲੁੱਟ ਜਿਹੜਾ ਬੰਦਾ ਬੇਵੱਸ ਆ ਉਹਦੀ ਲੁੱਟ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਆਹ ਜਿਹੜੀ ਤੁਸੀਂ ਮੈਨੂੰ ਚੀਜ਼ 10 ਰੁਪਈਆਂ ਦੀ ਦੇ ਰਹੇ ਹੋ, ਇਹਦਾ ਅਸਲ ਮੁੱਲ 2 ਰੁਪਈਏ ਆ, ਪਰ ਕਿਉਂਕਿ ਮੇਰੇ ਕੋਲ 2 ਰੁਪਈਏ ਦੇਣ ਨੂੰ ਹੈ ਨਹੀਂ, ਮੈਂ ਇਹ ਤੇਰੇ ਤੋਂ ਭਾਈ 10 ਰੁਪਈਆਂ ਦੀ ਉਧਾਰ ਲੈਣੀ ਹੈ ਜਾਂ ਖੈਰੀਅਤ ਲੈਣੀ ਹੈ। ਜਿਵੇਂ ਅੰਗਰੇਜ਼ੀ 'ਚ ਸ਼ਬਦ ਕਹਿੰਦੇ ਨੇ ਨਾ, ਬੈਗਰਸ ਹੈਵ ਨੋ ਚੋਇਸ। ਯੈਸ ਯੈਸ। ਸੋ ਸਾਡੇ ਇਹ ਹਾਲਾਤ ਬਣੇ ਅਤੇ ਜਿਹੜੇ ਰਾਜਨੀਤਿਕ ਦਾਅਵਾ ਕਰਦੇ ਆ ਜੀ ਕਿ ਅਸੀਂ ਪੰਜਾਬ ਦੇ ਵਾਸਤੇ ਬਹੁਤ ਕੁਝ ਕਰ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਇਹ ਤਾਂ ਫਿਰ ਵੀ ਇੰਨਾ ਨੁਕਸਾਨ ਦੇ ਕਰਨ ਦੇ ਬਾਵਜੂਦ ਵੀ ਫਿਰ ਵੀ ਜਿਹੜੀ ਖਲਕਤ ਆ ਜਾਂ ਪੰਜਾਬ ਦੇ ਲੋਕ ਆ ਉਹਨਾਂ ਨੂੰ ਜਿਤਾ ਰਹੇ, ਉਹਨਾਂ ਨੂੰ ਸਪੋਰਟ ਕਰ ਰਹੇ, ਉਹਨਾਂ ਦੀ ਕੀ ਮਜਬੂਰੀ ਆ? ਦੇਖੋ, ਗੱਲ ਪਤਾ ਕੀ ਹੈ, ਬੜੀ ਸਿੰਪਲ ਜੀ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ। ਹਾਂਜੀ ਹਾਂਜੀ। ਸਪੋਜ਼ ਕਰੋ ਤੁਸੀਂ ਜੋ ਸਾਡੇ ਬਜ਼ੁਰਗ ਅਮਰੀਕਾ ਆਏ ਸੀ, ਹਾਂਜੀ, ਕੀ ਉਹ ਆਟਾ ਨਾਲ ਲੈ ਕੇ ਆਏ ਸੀ ਕਿ ਗੋਭੀ ਨਾਲ ਲੈ ਕੇ ਆਏ ਸੀ ਕਿ ਮੂੰਗੀ ਦੀ ਦਾਲ ਨਾਲ ਲੈ ਕੇ ਆਏ ਸੀ? ਉਹਨਾਂ ਨੇ ਇੱਥੋਂ ਦੇ ਬ੍ਰੈਡਾਂ ਹੀ ਖਾਧੀਆਂ ਨੇ। ਸਹੀ ਗੱਲ, ਸਮਝ ਗਏ? ਹਾਂਜੀ, ਉਹ ਮਜਬੂਰੀ ਹੈ। ਹੌਲੀ ਹੌਲੀ ਵਾਦੀ ਵਧੀ, ਹਾਂਜੀ, ਕੁਛ ਸਾਡਾ ਸਮਾਨ ਆਇਆ, ਹਾਂਜੀ, ਅਸੀਂ ਪੀਜਿਆਂ 'ਤੇ ਆ ਗਏ, ਪੀਜਿਆਂ ਤੋਂ ਫੁਲਕਿਆਂ 'ਤੇ ਆ ਗਏ। ਹਾਂਜੀ, ਤੋ ਹਜੇ ਤੱਕ ਜਿਹੜੀ ਸਾਡੀ ਮਜਬੂਰੀ ਹੈ ਨਾ, ਕਿਉਂਕਿ ਉੱਥੇ 2 ਪਾਰਟੀਆਂ ਨੇ, ਹਾਂਜੀ, ਮੁੱਖ ਤੌਰ ਦੇ ਉੱਤੇ, ਬਾਕੀ ਜਿਹਨੂੰ ਆਪਾਂ ਸਪਰਿੰਟਰ ਗਰੁੱਪ ਕਹਿੰਦੇ ਹਾਂ, ਜਿਵੇਂ ਇੱਕ ਗ੍ਰਨੇਡ ਫਟਦਾ ਨਾ, ਉਹਦੇ ਬੜੇ ਟੁਕੜੇ ਹੋ ਜਾਂਦੇ ਆ, ਉਹਨੂੰ ਕਹਿੰਦੇ ਟੁਕੜੇ। ਹਾਂਜੀ, ਹਰ ਟੁਕੜੇ ਦਾ ਪ੍ਰਭਾਵ ਹੁੰਦਾ। ਹਾਂਜੀ, ਮੈਂ ਨਹੀਂ ਕਹਿੰਦਾ ਕਿ ਟੁਕੜੇ ਦਾ ਪ੍ਰਭਾਵ ਨਹੀਂ ਹੁੰਦਾ, ਜਿੱਥੇ ਵੱਜਦਾ ਉੱਥੇ ਉਹਨਾਂ ਕੁਛ ਆਪਣੇ ਜੋਗਾ ਕਰਦਾ, ਪਰ ਇੱਕ ਵੱਡਾ ਨੁਕਸਾਨ ਉਹ ਕਰਦਾ ਜਿਹਦਾ ਜਿਹੜਾ ਵੱਡਾ ਟੁਕੜਾ ਹੁੰਦਾ, ਕਾਂਗਰਸ ਅਕਾਲੀ ਦਲ। ਹਾਂਜੀ, ਹੁਣ ਕੀ ਹੋਇਆ ਜਦੋਂ ਪੰਜਾਬ ਵੰਡਿਆ ਗਿਆ? ਹਾਂਜੀ, ਪੰਜਾਬ ਦੂਜੀ ਵਾਰੀ ਵੰਡਿਆ ਗਿਆ, ਪਹਿਲਾਂ ਭੁੱਲ ਜਾਓ, ਪੰਜਾਬੀ ਸੂਬਾ ਬਣਾ ਲਿਆ। ਹਾਂਜੀ, ਸਿੱਖ ਚੀਫ ਮਿਨਿਸਟਰ ਤਾਂ ਸਾਨੂੰ ਮਿਲ ਗਿਆ। ਹਾਂਜੀ, ਰਾਈਟ, ਅਸੀਂ ਕੀ ਲੂਜ਼ ਕਰ ਲਿਆ? ਅਸੀਂ ਲੂਜ਼ ਕਰ ਲਿਆ ਇਕਨੋਮਿਕ ਸਟੇਟਸ, ਕਿਉਂਕਿ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਕਤਲ ਹੋਇਆ, ਹਾਂਜੀ, ਉਹ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਕਤਲ ਹੋਇਆ ਉਹ ਸਧਾਰਨ ਕਤਲ ਨਹੀਂ ਸੀ, ਉਹ ਬੜਾ ਇੱਕ ਮੈਨੂਪਲੇਟਡ ਕਤਲ ਸੀ। ਉਹ ਕੀ ਸੀ ਕਤਲ? ਉਹ ਕਤਲ ਸੀ ਪ੍ਰਤਾਪ ਸਿੰਘ ਕੈਰੋਂ ਨੇ ਫਰੀਦਾਬਾਦ ਨੂੰ ਇੰਡਸਟਰੀਅਲ ਟਾਊਨ ਘੋਸ਼ਿਤ ਕਰਤਾ, ਉੱਥੇ ਜਿਹੜਾ ਵੀ ਫੈਕਟਰੀ ਲਾਉਂਦਾ ਸੀ ਉਸ ਬੰਦੇ ਨੂੰ ਰਾਇਤਾਂ ਦਿੱਤੀਆਂ, ਅਤੇ ਦਿੱਲੀ ਖਾਲੀ ਹੋ ਗਈ, ਦਿੱਲੀ ਦਾ ਪੈਸਾ ਪੰਜਾਬ 'ਚ ਆ ਗਿਆ ਅਤੇ ਪੰਜਾਬ ਦਾ ਰੈਵੀਨਿਊ ਫਰੀਦਾਬਾਦ ਤੋਂ ਚੱਲਣਾ ਸ਼ੁਰੂ ਹੋ ਗਿਆ। ਅੱਛਾ, ਇਸ ਤੋਂ ਪਹਿਲਾਂ ਕਿ ਉਹ ਦਿੱਲੀ ਅਤੇ ਹੋਰ ਸੂਬਿਆਂ ਨੂੰ ਖਾਲੀ ਕਰਦਾ, ਕਹਿੰਦੇ ਇਹਨੂੰ ਨਿਬੇੜੋ, ਪ੍ਰਤਾਪ ਸਿੰਘ ਕੈਰੋਂ ਨਿਬੇੜਤਾ। ਅਸਲ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਹੋਣ ਦਾ ਕਾਰਨ ਉਹ ਸੀ, ਰਾਈਟ। ਉਸ ਤੋਂ ਬਾਅਦ ਅਸੀਂ ਪੰਜਾਬੀ ਸੂਬਾ ਬਣਾ ਲਿਆ, ਸੂਬਾ ਤਾਂ ਅਸੀਂ ਮੰਗ ਲਿਆ, ਸੂਬਾ ਸਾਨੂੰ ਮਿਲ ਗਿਆ। ਜੋ 2 ਭਰਾਵਾਂ ਦੀ ਵੰਡ ਹੋਈ, ਅਸੀਂ ਪੰਚਾਇਤ ਦੇ ਵਿੱਚ ਵੰਡ ਕਰਦੇ ਹਾਂ, ਅਸੀਂ ਲਿਖਤ ਕਰਦੇ ਹਾਂ, ਉਹ ਅਸੀਂ ਲਿਖਤ ਹੀ ਨਹੀਂ ਕੀਤੀ, ਕਿਉਂਕਿ ਸਾਨੂੰ ਲਾਲਚ ਮਿਲ ਗਿਆ ਕਿ ਮੈਨੂੰ ਤਾਂ ਗੱਦੀ ਮਿਲ ਗਈ, ਮੈਨੂੰ ਤਾਂ ਸਰਪੰਚ ਹੀ ਮਿਲ ਗਈ। ਹਾਂਜੀ ਹਾਂਜੀ ਹਾਂਜੀ। ਅਤੇ ਭਾਈ, ਜਿਹੜੇ ਲੋਕ ਮਗਰ ਬੈਠੇ ਆ, ਉਹਨਾਂ ਦਾ ਜਿਹੜਾ ਪਾਣੀ ਹੈ, ਉਹਨਾਂ ਦਾ ਹੋਰ ਮੁੱਦੇ ਨੇ, ਉਹਨਾਂ ਦੇ ਹੋਰ ਮਸਲੇ ਨੇ, ਤੁਸੀਂ ਉਹ ਹੱਲ ਕੀਤੇ? ਹੁਣ ਤੁਸੀਂ ਦੇਖੋ, ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਬਣਿਆ, ਉਹ ਕਹਿੰਦੇ ਸਾਨੂੰ ਸਪੈਸ਼ਲ ਸਟੇਟਸ ਦਿਓ, ਨਹੀਂ ਤਾਂ ਅਸੀਂ ਸਰਕਾਰ ਤੋਂ ਹਮਾਇਤ ਵਾਪਸ ਲੈਂਦੇ। ਠੀਕ ਹੈ ਜੀ। ਹੁਣ ਸਾਨੂੰ ਕੀ ਸਪੈਸ਼ਲ ਸਟੇਟਸ ਦਿੱਤਾ ਕਿ ਭਾਈ ਤੁਸੀਂ 2 ਭਰਾ ਅੱਡ ਹੋਏ ਹੋ ਅਤੇ ਤੁਹਾਨੂੰ ਥੋੜ੍ਹਾ ਮੋਟਾ ਕੁਛ ਦੇ ਦਈਏ, ਤੁਸੀਂ ਕੇਂਦਰ ਜਿਹੜੀ ਹੈ ਹੋ ਜੇ, ਸਾਡਾ ਪਾਣੀ ਪੰਜਾਬ ਦੇ ਵਿੱਚ ਪਾਣੀ ਉਦੋਂ ਵੀ ਘੱਟ ਸੀ, ਅੱਜ ਵੀ ਘੱਟ ਹੈ। ਜਿਹੜੇ ਇਲਾਕੇ 'ਚ ਮੈਂ ਬੈਠਾ ਨਾ, ਹਾਂਜੀ, ਸਾਡਾ ਪਿੰਡ ਆ ਜੀ ਪਾਕਿਸਤਾਨ ਦੇ ਜਮ੍ਹਾਂ ਬਾਰਡਰ 'ਤੇ ਅਤੇ ਉੱਧਰੋਂ ਰਾਜਸਥਾਨ ਦੇ ਬਾਰਡਰ 'ਤੇ। ਅੱਛਾ ਜੀ। ਸਾਡੇ ਅੱਜ ਵੀ ਟਿਊਬਵੈੱਲਾਂ ਦਾ ਪਾਣੀ ਮਾੜਾ, 70% ਖੇਤੀ ਭਲਦੀ ਆ। ਇਸ ਤੋਂ ਅੱਗੇ ਇੱਕ ਹੋਰ ਪਿੰਡ ਨੇ ਜਿੱਥੇ 50% ਖੇਤੀ ਭਲਦੀ ਆ। ਜੇ ਕਿਤੇ ਤੁਸੀਂ ਪੁਰਾਣੇ ਜ਼ਮਾਨੇ ਦੇ ਪਿੰਡ ਦੇਖਣੇ ਹੋਣ ਨਾ, ਅਤੇ ਹਬੋਰ ਤਹਿਸੀਲ 'ਚ ਆ ਜਾਇਓ, ਫਾਜ਼ਿਲਕਾ ਤਹਿਸੀਲ ਦੇ ਕੁਛ ਪਿੰਡ ਦਿਖਾ ਦੂੰਗਾ, ਅਜੇ ਵੀ ਊਂਠਾਂ ਨਾਲ ਖੇਤੀ ਹੁੰਦੀ ਹੈ। ਹਾਂਜੀ ਹਾਂਜੀ। ਅੱਛਾ, ਤੁਸੀਂ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕੀਤੀ ਆ, ਮੈਂ ਵੀ ਕਿਤੇ ਪੜ੍ਹਿਆ ਵੀ ਇਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ ਗਿਆ ਸੀ ਕਿ ਜੇ ਤੁਸੀਂ ਇਹ ਸਿੱਖਾਂ ਦੀ ਆਪਸ 'ਚ ਪਹਾੜ ਪਾਓਗੇ ਜਾਂ ਦਫਾੜ ਕਰੋਗੇ
ਤੇ ਤੈਨੂੰ ਆ ਅਹੁਦਾ ਦਿੱਤਾ ਜਾਊਗਾ, ਤੁਸੀਂ ਕਿੰਨੀ ਦੇਰ ਕਿੰਨਾ ਕੁ ਸਹਿਮਤ? ਦੇਖੋ ਗੱਲ ਪਤਾ ਕੀ ਹੈ, ਤੁਹਾਨੂੰ ਇੱਕ ਚੀਜ਼ ਮੈਂ ਦੱਸ ਦਿਆਂ, ਹਾਂਜੀ, ਖਾਲਿਸਤਾਨ ਕਿਉਂ ਨਹੀਂ ਬਣਿਆ, ਆਪਾਂ ਉਸੇ 'ਤੇ ਆ ਜਾਂਦੇ। ਹਾਂਜੀ, ਸਰਦਾਰ ਭਗਵੰਤ ਸਿੰਘ ਦਾਨਿਆਲੀ ਦੀ ਕਿਤਾਬ ਹੈ, ਜੇ ਤੁਹਾਨੂੰ ਕਿਤੇ ਮਿਲੇ ਤਾਂ 20ਵੀਂ ਸਦੀ ਦਾ ਪੰਜਾਬ ਪੜ੍ਹਿਓ। ਅੱਛਾ ਜੀ। ਸਾਡੇ ਕੋਲ ਪਾਪੂਲੇਸ਼ਨ ਹੀ ਸੀਮਿਤ ਜ਼ਿਲ੍ਹਿਆਂ ਦੇ ਵਿੱਚ ਸਿੱਖ ਡੋਮੀਨੇਟਿੰਗ ਸੀ। ਸਹੀ ਆ, ਅਤੇ ਅਸੀਂ ਸਕੈਟਰਡ ਸੀ, ਸਾਡੇ 'ਚ ਨਾ ਮਾਈਗ੍ਰੇਸ਼ਨ ਦੀ ਭਾਵਨਾ, ਅਸੀਂ ਜਿੱਥੇ ਸਾਨੂੰ ਚੰਗੀ ਚੀਜ਼ ਮਿਲ ਜਾਂਦੀ ਅਸੀਂ ਨਿਕਲ ਜਾਂਦੇ ਹਾਂ। ਸਾਡੇ ਸਿੱਖ ਕਾਬਲ ਤੱਕ ਬੈਠੇ, ਪਿਸ਼ਾਵਰ ਤੱਕ ਬੈਠੇ, ਇੱਥੋਂ ਤੱਕ ਕਿ ਤੁਸੀਂ ਮੰਨੋਗੇ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਜਿਹੜਾ ਮੌਜੂਦਾ ਪੰਜਾਬ ਆ ਉਹਦੇ 'ਚ ਹੈ ਨਹੀਂ ਸੀ। ਹਾਂ, ਬਦਕਿਸਮਤੀ ਕੀ ਰਹੀ ਕਿ ਜਦੋਂ ਅਸੀਂ ਕੁਛ ਮੰਗਣਾ ਸੀ, ਹਾਂਜੀ, ਜਦੋਂ ਅਸੀਂ ਸਹਿਮਤੀ ਦਿੱਤੀ ਕਿ ਅਸੀਂ ਭਾਰਤ ਨਾਲ ਰਲਣਾ, ਹਿੰਦੁਸਤਾਨ ਦੀ ਅਧੀਨਤਾ ਪ੍ਰਵਾਨ ਕਰਨੀ ਹੈ, ਹਾਂਜੀ ਹਾਂਜੀ, ਉਦੋਂ ਅਸੀਂ ਆਪਦੀਆਂ ਟਰਮਸ ਐਂਡ ਕੰਡੀਸ਼ਨਸ, ਹਾਂਜੀ, ਉਹ ਲਿਖੀਆਂ ਨਹੀਂ, ਰਾਈਟ? ਅਸੀਂ ਉਹਨਾਂ ਨੂੰ ਭਾਵੇਂ ਸਮਝ ਲਓ ਜਿਹਨੂੰ ਆਪਾਂ ਕਹਿੰਦੇ ਟੱਟੂ ਨੰਬਰਦਾਰੀ, ਹਾਂਜੀ ਹਾਂਜੀ, ਮੈਂ ਟੱਟੂ ਨੰਬਰਦਾਰੀ ਕਹੂੰਗਾ, ਥਾਪੀ ਦੇਤੀ ਬੱਲੇ ਬੱਲੇ ਚੱਕਦੇ ਚੌਂਟੇ, ਹਾਂਜੀ ਹਾਂਜੀ, ਉਹਦੇ ਕਰਕੇ ਫੋਕੀ ਸ਼ਬਾਸ਼ੀ ਕਰਕੇ ਅਸੀਂ ਕਿਤੇ ਨਾ ਕਿਤੇ ਨਹਿਰੂ ਦੀ ਅਤੇ ਉਸ ਜਿਹੜਾ ਜੁੰਡਲੀ ਸੀ ਉਹਦੇ ਵਿੱਚ ਆ ਗਏ। ਐਵੇਂ ਤਾਂ ਦੇਖੋ ਕੋਈ ਭਰਮਾਇਆ ਨਹੀਂ ਜਾਂਦਾ, ਅਤੇ ਸਾਡੇ ਲੀਡਰਾਂ ਨੇ ਕਰਨਾ ਤਾਂ ਲੀਡਰਾਂ ਨੇ ਸੀ ਨਾ, ਅਸੀਂ ਤਾਂ ਜੇ ਸੈਟਲ ਹੋ ਰਹੇ ਸੀ, ਹਾਂਜੀ, ਹਜੇ ਅਸੀਂ ਤਾਂ ਉੱਜੜ ਗਏ ਸੀ। ਸਾਨੂੰ ਦੇਖੋ ਮੋਟੀ ਜਿਹੀ ਗੱਲ ਆ ਕਿ ਤੁਸੀਂ ਅਜੇ ਉੱਜੜੇ ਹੋ, ਤੁਸੀਂ ਉਹ ਚੀਜ਼ ਦੇਖੋਗੇ ਕਿ ਆਪਦਾ ਟਿਕਾਣਾ ਲੱਭੋਗੇ। ਹਾਂਜੀ ਹਾਂਜੀ, ਇਹ ਜਿਹੜੇ ਲੀਡਰ ਬੈਠੇ ਸੀ ਵੇਖਣਾ ਤਾਂ ਇਹਨਾਂ ਨੇ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ ਹੋ ਕੀ ਰਿਹਾ, ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਨਹੀਂ ਸੀ ਹੋ ਕੀ ਰਿਹਾ, ਅਸੀਂ ਜਾਣਾ ਕਿੱਥੇ, ਅਸੀਂ ਰਹਿਣਾ ਕਿੱਥੇ ਆ, ਸਾਡੀ ਭੈਣ ਪਿੱਛੇ ਰਹਿ ਗਈ, ਸਾਡੀ ਕੁੜੀ ਪਿੱਛੇ ਰਹਿ ਗਈ, ਸਾਡਾ ਮੁੰਡਾ ਪਿੱਛੇ ਰਹਿ ਗਿਆ। ਕਈਆਂ ਦੇ ਤਾਂ ਇਹ ਰਾਤ ਸੀਗੇ, ਤੁਹਾਨੂੰ ਸਾਡੀ ਮੋਟੀ ਜਿਹੀ ਗੱਲ ਦੱਸਦਾ, ਸਾਡੇ ਨਾਲ ਪੱਤਰੇ ਵਾਲਾ ਪਿੰਡ ਹੈ, ਉੱਥੇ ਮਾਝੀ ਖਾਨ ਦੀ ਹਵੇਲੀ ਬੜੀ ਮਸ਼ਹੂਰ ਆ, ਬੜੀ ਚਰਚਾ 'ਚ ਆਈ। ਉਹ ਕਿਉਂ ਆਈ? ਕਿਉਂਕਿ ਮਾਝੀ ਖਾਨ ਆਪਦਾ ਖਜ਼ਾਨਾ ਦੱਬ ਕੇ ਚਲਾ ਗਿਆ ਸੀ। ਅੱਛਾ, ਉਹ ਨਿਕਲ ਗਿਆ, ਉਹਨੂੰ ਐਂ ਸੀਗਾ ਵੀ 10 ਦਿਨਾਂ ਦਾ ਰੌਲਾ, ਪੁੱਠੇ ਆ ਜਾਵਾਂਗੇ। ਹਾਂਜੀ, ਠੀਕ ਠੀਕ ਹੈ। ਪਰ ਜਦੋਂ ਉਹਨੇ ਦੇਖਿਆ ਕਿ ਇਹ ਤਾਂ ਪੱਕੀਆਂ ਕੰਧਾਂ ਨਿਕਲ ਗਈਆਂ, ਫਿਰ ਉਹਦਾ ਮੁੰਡਾ ਆਇਆ ਬੜੇ ਸਾਲਾਂ ਬਾਅਦ ਵੀਜ਼ਾ ਲੈ ਕੇ, ਉਹਨੇ ਇੱਕ ਫਕੀਰ ਦਾ ਰੂਪ ਧਾਰਨ ਕੀਤਾ, ਕਿਉਂਕਿ ਮਾਝੀ ਖਾਨੇ ਉਹਨੂੰ ਦੱਸਤਾ ਕਿ ਇੱਥੇ ਇੱਥੇ ਭਾਈ ਆਪਣੀਆਂ ਗਾਗਰਾਂ ਦੱਬੀਆਂ, ਆਹ ਆਪਣਾ ਨਕਸ਼ਾ, ਤੂੰ ਪਟਾ ਲਈ। ਉਹਨੇ ਢੰਗ ਦੇ ਨਾਲ ਸੌਦਾ ਕੀਤਾ ਚਾਵਲਿਆਂ ਦੀ, ਚੋਪੜਿਆਂ ਦੀ ਕਿ ਚਾਵਲਿਆਂ ਦੀ, ਉਹਨਾਂ ਕੋਲ ਹਵੇਲੀ ਆ ਗਈ ਸੀ। ਕਹਿੰਦਾ ਵੀ ਬਾਈ ਬੱਲੇ ਬੱਲੇ ਤੁਹਾਡੇ ਘਰੇ ਬਹੁਤ ਖਜ਼ਾਨਾ। ਉਹ ਕਹਿੰਦੇ ਵੀ ਅੱਛਾ ਜੀ ਬਾਬਾ ਜੀ। ਕਹਿੰਦੇ ਹਾਂ ਭਾਈ। ਕਹਿੰਦੇ ਵੀ ਕੁੰਡੇ ਲਾ ਲਓ ਤੇ ਆਪਾਂ ਰਾਤ ਨੂੰ ਖਜ਼ਾਨਾ ਪੱਟਦੇ ਹਾਂ। ਹਾਂਜੀ, ਮੇਰੀ ਇੱਕ ਸ਼ਰਤ ਹੈ ਵੀ ਜਿੰਨਾ ਰਾਤ ਨੂੰ ਮੈਂ ਖਜ਼ਾਨਾ ਪੱਟ ਲਿਆ, ਜਿੰਨੀ ਦੇਰ ਤੱਕ ਪੱਟਿਆ ਗਿਆ ਮੈਂ ਪੱਟੂੰਗਾ, ਉਹ ਮੈਂ ਲਿਜਾਊਂਗਾ, ਬਾਕੀ ਤੁਸੀਂ ਪੱਟੀ ਲਿਆਓ। ਅੱਛਾ, ਉਹਨੇ ਮੋਟਾ ਮੋਟਾ, ਕਿਉਂਕਿ ਪਾਕਿਸਤਾਨ ਜਮਾਂ ਨਾਲ ਸੀ, ਤਾਰਾਂ ਉਦੋਂ ਹੈ ਨਹੀਂ ਸੀ, ਕੋਈ ਐਡੀ BSF ਨਹੀਂ ਸੀ, ਉਹਨੇ ਜੀ ਮੋਟਾ ਮੋਟਾ ਆਪਦਾ ਜਿੰਨਾ ਖਜ਼ਾਨਾ ਸੀ ਪੱਟ ਕੇ ਪਾਕਿਸਤਾਨ ਭੇਜਤਾ। ਬੰਦੇ ਉੱਧਰੋਂ ਆਏ, ਆਪ ਉਹ ਪੁੱਠਾ ਸਹਾਰਨਪੁਰ ਵੇਚਦੀ ਪਾਕਿਸਤਾਨ ਚਲਾ ਗਿਆ। ਉਦੋਂ ਬਾਅਦ ਸਿਲਸਿਲਾ ਸ਼ੁਰੂ ਹੋ ਗਿਆ। ਅੱਛਾ ਅੱਛਾ, ਵੀ ਉਹ ਪੱਟਣਾ ਸ਼ੁਰੂ ਕਰ ਦਿੱਤਾ, ਬੜੇ ਪੈਸੇ ਉੱਥੋਂ ਹੋਏ, ਬੜੇ ਪੁਲਿਸ ਅਧਿਕਾਰੀ ਵੀ ਉਹਦੇ 'ਚ ਫਸੇ, CBI ਦੀ ਜਾਂਚ ਵੀ ਹੋਈ, ਉੱਥੇ ਫਸ ਗਏ, ਕਿਉਂਕਿ ਖਜ਼ਾਨਾ ਥੱਲੇ ਦੱਬਿਆ ਸੀ, ਉਹ ਖਜ਼ਾਨਾ ਮਾਲਕ ਦਾ ਨਹੀਂ ਸੀ, ਉਹ ਖਜ਼ਾਨਾ ਤਾਂ ਸਰਕਾਰ ਦਾ ਸੀ। ਹਾਂਜੀ, ਸੋ ਕਹਿਣ ਤੋਂ ਭਾਵ ਕਿ ਲੋਕ ਤਾਂ ਇਸ ਉਮੀਦ ਦੇ ਵਿੱਚ ਸੀਗੇ ਕਿ ਭਾਈ ਪਿੱਛੇ ਆਪਦਾ ਪੈਸਾ ਦੱਪਾ ਜਿਹੜਾ ਉਹ ਛੱਡ ਜਾਓ, ਦੱਬ ਜਾਓ, ਲੁਕੋ ਜਾਓ, ਰਾਹ 'ਚ ਲੁਟੇਰੇ ਆਉਣਗੇ, ਮਨ ਸ਼ਾਂਤ ਹੋ ਜੂਗਾ, ਅਸੀਂ ਪੁੱਠੇ ਲੈ ਜਾਂਗੇ। ਪਰ ਸੋ ਇਸ ਕਰਕੇ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਸੁਰਤ ਨਹੀਂ ਸੀ। ਠੀਕ ਹੈ ਜੀ, ਅੱਜ ਵਾਲਾ ਸਮਾਂ ਨਹੀਂ ਸੀ। ਹਾਂਜੀ ਹਾਂਜੀ, ਉਹ ਤਾਂ ਸੁਰਤ ਸੰਭਾਲ ਰਹੇ ਸੀਗੇ ਅਤੇ ਉਹ ਲੋਕਾਂ ਦੇ ਨਾਲ ਠੱਗੀ ਹੋ ਗਈ। ਹਾਂਜੀ ਹਾਂਜੀ, ਇੱਕ ਹੋਰ ਗੱਲ ਦੇਖਣ 'ਚ ਆਈ ਆ ਕਾਫੀ ਸਾਲਾਂ ਤੋਂ, ਜਾਂ ਤਾਂ ਜਿਹੜੇ ਸਿਆਣੇ ਆਪਣੇ ਬਜ਼ੁਰਗ ਆ, ਜਾਂ ਤਾਂ ਉਹ ਲੀਡਰ ਆ, ਕੋਈ ਨਵਾਂ ਲੀਡਰ ਆ ਨਹੀਂ ਰਿਹਾ, ਅਤੇ ਜੇ ਕੋਈ ਨਵਾਂ ਲੀਡਰ ਆਇਆ ਉਹ ਵੀ ਗਾਂ ਉਹਨਾਂ ਦੇ ਪੁੱਤ ਪੁੱਤਰੇ ਹੀ ਆ। ਹੁਣ ਦੇਖੋ ਸਰਦਾਰ ਮਨਜੀਤ ਸਿੰਘ ਦੀ ਇਹਦੇ 'ਚ ਬੜੀ ਇੰਟਰਸਟਿੰਗ ਗੱਲ ਦਾ। ਹਾਂਜੀ, ਕਾਰਨ ਕੀ ਹੈ ਕਿ ਲੀਡਰ ਕਿੱਥੋਂ ਪੈਦਾ ਹੁੰਦੇ ਨੇ? ਜਾਂ ਤਾਂ ਪੰਚਾਇਤ ਮੈਂਬਰੀ 'ਚੋਂ, ਹਾਂਜੀ, ਜਾਂ ਸਟੂਡੈਂਟ ਲੀਡਰ, ਹਾਂਜੀ ਹਾਂਜੀ, ਜਾਂ ਕਿਸੇ ਮੂਵਮੈਂਟ ਤੋਂ। ਠੀਕ ਹੈ ਜੀ, ਮੂਵਮੈਂਟ ਨੇ ਲੀਡਰ ਜਿਹੜੇ ਪੈਦਾ ਕੀਤੇ ਉਹ ਆਪਦੀ ਭੁਗਤ ਸਵਾਰ ਗਏ। ਹਾਂਜੀ, ਨਾ ਤੇ ਪੱਤਰਕਾਰ ਹੋਣ ਦੇ ਨਾਤੇ ਤੁਹਾਡਾ ਇਹਦੇ ਵਿੱਚ ਕੀ? ਨਹੀਂ, ਮੈਂ ਤੁਹਾਨੂੰ ਉਹ ਗੱਲ ਕਰ ਰਿਹਾ ਨਾ ਉਹ। ਠੀਕ ਹੈ ਜੀ, ਹੁਣ ਕੀ ਆ ਕਿ ਸਿਆਸਤਦਾਨਾਂ ਨੂੰ ਇਹ ਪਤਾ ਲੱਗ ਗਿਆ, ਹਾਂਜੀ, ਕਿ ਇਹ ਪੈਸੇ ਦੀ ਖੇਡ ਆ, ਉਹਨਾਂ ਨੇ ਵਪਾਰ ਬਣਾ ਲਿਆ। ਠੀਕ ਹੈ ਜੀ, ਰਾਈਟ? ਕਿਉਂਕਿ ਲੋਕ ਕਹਿ ਦਿੰਦੇ ਯਾਰ ਪੰਜਾਬ ਵਾਲਿਆਂ ਨੇ, ਤੁਸੀਂ ਜਿਵੇਂ ਸਵਾਲ ਕੀਤਾ ਵੀ ਸਮਝਦੇ ਕਿਉਂ ਨਹੀਂ, ਆਪਾਂ ਦੋ ਜਣੇ ਗੱਲ ਕਰ ਰਹੇ ਹਾਂ ਨਾ, ਹਾਂਜੀ ਹਾਂਜੀ, ਆਪਾਂ ਗੱਲ ਕਰ ਸਕਦੇ ਹਾਂ, ਸਾਡੇ ਤੁਹਾਡੇ ਕੋਲ ਕਿੰਨੀਆਂ ਵੋਟਾਂ ਨੇ, ਤੁਹਾਡਾ ਪਰਿਵਾਰ ਕਿੱਡਾ ਕੁ ਹੈ? ਮੈਂ ਤੁਹਾਨੂੰ ਸਵਾਲ ਕਰਦਾ, ਹਾਂਜੀ ਹਾਂਜੀ, ਤੁਹਾਡੇ ਮੀਆਂ ਬੀਬੀ, ਮੀਆਂ ਬੀਬੀ ਬੱਚੇ ਕਿੰਨੇ ਨੇ? ਦੋ, ਚਾਰ ਵੋਟਾਂ ਨੇ, ਰਾਈਟ? ਮੈਂ, ਮੀਆਂ ਬੀਬੀ, ਮੇਰੀ ਬੇਟੀ, 3 ਵੋਟਾਂ ਹੈ। ਠੀਕ, ਤੇ ਜਿਹੜੇ ਬੰਦੇ ਨੇ ਵੋਟ ਪਾਉਣੀ ਹੈ ਗਰੀਬ ਨੇ, ਉਹਦੇ ਜਵਾਕ ਕਿੰਨੇ ਹੈ? 10, 5, 4। ਹੁਣ ਉਹ ਕਰਦਾ ਦਿਹਾੜੀ, ਹਾਂਜੀ, ਵੋਟ ਬੈਂਕ ਪਿਆ ਉੱਥੇ, ਹਾਂਜੀ, ਜਿਹੜੇ ਇੰਡੀਆ ਦੇ ਵਿੱਚ ਪਰਿਵਾਰ ਨਿਯੋਜਨ ਫੇਲ ਹੋਇਆ, ਕਿਉਂ ਹੋਇਆ? ਕਿਉਂ
ਕਿਉਂ ਨਹੀਂ ਦੁਬਾਰਾ ਸ਼ੁਰੂ ਕੀਤਾ ਗਿਆ? ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਗਰੀਬਾਂ ਦੀ ਜਿਹੜੀ ਆ ਆਬਾਦੀ ਰੁਕ ਜੇ ਵੋਟਾਂ ਜ਼ਿਆਦੀਆਂ ਨੇ, ਪੜ੍ਹਾਉਣਾ ਬੰਦ ਕਿਉਂ ਕਰਤਾ? ਉਹ ਕਹਿੰਦੇ ਵੀ ਇਹਨੂੰ ਪੜ੍ਹਾ ਕੇ ਸਮਝ ਨਾ ਆਵੇ, ਸਮਝ ਹੀ ਨਾ ਆਵੇ, ਮੰਗਣ ਹੀ ਨਾ। ਠੀਕ ਹੈ। ਫਿਰ ਇੱਕ ਹੁੰਦੀ ਆ ਸ਼ਬਦ ਸਪੂਨ ਫੀਡਿੰਗ। ਯੈਸ। ਹੁਣ ਉਹਨਾਂ ਨੇ ਕਿਹਾ ਕਿ ਇਹ ਥੋੜ੍ਹੇ ਜਿਹੇ ਪੜ੍ਹ ਗਏ, ਇਹਨਾਂ ਨੂੰ ਰੈਜ਼ਰਵੇਸ਼ਨ ਮਿਲ ਗਈ, ਹੋਰ ਮਿਲ ਗਈ, ਕਿ ਇਦੋਂ ਪਹਿਲਾਂ ਕਿ ਹੋਰ ਪਾਸੇ ਜਾਵੇ, ਜਿਹਨਾਂ ਨੂੰ ਰੈਜ਼ਰਵੇਸ਼ਨ ਮਿਲ ਗਈ ਉਹ ਆਪਦੇ ਤੋਂ ਉੱਤੇ ਹੋ ਗਏ ਭਾਈਚਾਰੇ ਤੋਂ, ਦੂਜਿਆਂ ਨੂੰ ਸਪੂਨ ਫੀਡਿੰਗ ਕਰਕੇ ਉਹਨਾਂ ਦਾ ਉੱਥੇ ਹੀ ਨਾਸ ਮਾਰਤਾ ਕਿ ਇਹ ਪੁੱਛਣ ਹੀ ਨਾ। ਇਹ ਉਡੀਕਣ ਕੀ ਮਣ ਕਣਕ ਆ ਗਈ, 5 ਕਿਲੋ ਦਾਲ ਆ ਗਈ, ਪਸੇਰੀ ਖੰਡ ਆ ਗਈ, ਚਾਹ ਪੱਤੀ ਆ ਗਈ। ਅਗਲੀ ਵਾਰੀ ਮੈਂ ਕਹਿ ਦਿੰਦਾ ਨਾ ਨਾਲ ਬਾਈ ਤੇਲ ਵੀ ਦੇਊਂਗਾ ਪਾਈਆ, ਹਾਂਜੀ, ਫਿਰ ਤੁਹਾਡੇ ਵਰਗਾ ਲੀਡਰ ਆ ਜਾਂਦਾ ਅਗਲੀਆਂ ਵੋਟਾਂ 'ਚ, ਨਾਲ ਕਾਕਾ 2 ਕਿਲੋ ਲੱਕੜਾਂ ਵੀ ਦੇਊਂਗਾ ਬਾਲਣ ਨੂੰ। ਸੋ ਉਹ ਲੋਕ ਜਿਹੜੇ ਨੇ ਉਹ ਕਹਿੰਦੇ ਵੀ 500 ਰੁਪਈਆ ਦਿਹਾੜੀ ਹੈ ਸਰਦਾਰ ਜੀ, ਜੇ ਮੈਂ ਵੋਟ ਪਾਉਣ ਚੱਲੇ ਮੇਰਾ ਤਾਂ ਚੁੱਲ੍ਹਾ ਜਿਹੜਾ ਸ਼ਾਮ ਨੂੰ ਆ ਕੇ ਬਲਣਾ, ਇਸ ਦਿਹਾੜੀ 'ਚੋਂ ਬਲਣਾ, ਤੂੰ 500 ਰੁਪਈਆ ਦੇ ਤੈਨੂੰ ਵੋਟ ਪਾ ਦੇਣਾ। ਹਾਂਜੀ, ਪਹਿਲਾਂ ਹੁੰਦਾ ਸੀ ਨਾ ਜਿਸ ਤਰ੍ਹਾਂ ਚਾਂਦੀ ਦੇ ਚਮਚੇ ਹੁੰਦੇ ਸੀ, ਅਤੇ ਲੋਕ ਕਹਿਣਾ ਵੀ ਇਹ ਚਾਂਦੀ ਦੇ ਚਮਚਿਆਂ 'ਚ ਖਾਂਦੇ ਆ। ਅੱਜ ਕੱਲ੍ਹ ਲੀਡਰਾਂ ਦੇ ਗਾਂ ਚਮਚੇ ਆ, ਅਤੇ ਚਮਚਿਆਂ ਦੇ ਚਮਚਿਆਂ ਦੀ ਚਾਂਦੀ ਆ। ਦੇਖੋ ਗੱਲ ਪਤਾ ਕੀ ਆ, ਪਹਿਲਾਂ ਇੱਕ ਪਿੰਡ ਦੇ ਵਿੱਚ ਇੱਕ ਸਿਆਣਾ ਬੰਦਾ ਹੁੰਦਾ, ਉਹਦੀ ਜ਼ਮੀਨ ਜ਼ਿਆਦਾ ਚੰਗੀ ਹੁੰਦੀ, ਲੋਕ ਉਹਦਾ ਕਹਿਣਾ ਮੰਨਦੇ, ਪਿੰਡ ਦਾ ਕੰਮ ਕਰਦੇ, ਲੀਡਰ ਉਹਦੇ ਕੋਲ ਜਾਂਦੇ। ਹਾਂਜੀ, ਸਰਦਾਰ ਜੀ ਅਸੀਂ, ਉਹ ਕਹਿੰਦਾ ਵੀ ਆ ਜਾਓ। ਕਈ ਇਹੋ ਜਿਹੇ ਪਤਵੰਤੇ ਵੀ ਹੁੰਦੇ ਸੀ, ਉਹ ਸਾਰੇ ਕੈਂਡੀਡੇਟਸ ਨੂੰ ਸੱਦ ਲੈਂਦੇ, ਭਾਈ ਤੂੰ ਦੱਸ ਤੂੰ ਕੀ ਕਰਨਾ, ਤੂੰ ਦੱਸ ਤੂੰ। ਐਂਡ ਸੈਕਿੰਡਲੀ ਕੀ ਹੁੰਦਾ ਸੀਗਾ, ਉਦੋਂ ਇੱਕ ਪੰਥ ਦੀ ਵੋਟ ਹੁੰਦੀ ਸੀ, ਕਾਂਗਰਸ ਦੀ ਵੋਟ ਹੁੰਦੀ ਸੀ ਜਾਂ ਕੁਛ ਕਾਮਰੇਡਾਂ ਦੀ, ਕਾਮਰੇਡਾਂ ਦਾ ਵੀ ਚੰਗਾ ਸੀਗਾ। ਫਿਰ ਕਰਦੇ ਕਰਦੇ ਜਨ ਸੰਘ ਸਾਡੇ ਪੰਜਾਬ 'ਚ ਆ ਗਈ, ਜਿਹੜੀ ਬੀਜੇਪੀ ਦਾ ਪਾਸਟ ਨਾ ਰੂਪ ਨਹੀਂ ਧਾਰਿਆ, ਨਾ ਹੀ ਪਾਸਟ ਆ, ਨਾ ਚੇਂਜ ਕਰਤਾ ਇਹਨਾਂ ਨੇ, ਧਰਮ ਦੇ ਆਧਾਰ 'ਤੇ ਵੋਟਾਂ ਵੰਡਣੀਆਂ ਸ਼ੁਰੂ ਕਰਤੀਆਂ, ਹੋਰ ਕਰਤਾ। ਫਿਰ ਆਮ ਬੰਦਾ ਉਹਦੇ ਲਈ ਪੋਲੀਟਿਕਸ ਮਹਿੰਗੀ ਹੋ ਗਈ, ਹਾਂਜੀ, ਐਕਸਪੈਂਸਿਵ ਹੋ ਗਈ, ਵੰਗਾਰਾਂ ਵੱਧ ਗਈਆਂ, ਖਰਚੇ ਵੱਧ ਗਏ, ਰੈਲੀਆਂ ਵੱਧ ਗਈਆਂ, ਹਾਂਜੀ ਹਾਂਜੀ, ਉੱਤੇ ਫੰਡ ਜਾਣੇ ਸ਼ੁਰੂ ਹੋ ਗਏ। ਹਾਂਜੀ, ਲੋਕ ਜਿਹੜੇ ਪੜ੍ਹ ਲਿਖ ਗਏ ਉਹਨੂੰ ਨੰਬਰਦਾਰ ਦੀ ਲੋੜ ਨਹੀਂ ਸੀ, ਉਹ ਸਿੱਧਾ ਥਾਣੇ ਜਾਣ ਲੱਗ ਪਿਆ, ਤਾਂ ਇੱਕ ਪਿੰਡ ਦੇ ਵਿੱਚ 20 ਨੰਬਰਦਾਰ ਬਣ ਗਏ। ਠੀਕ ਹੈ, ਜੋ 20 ਨੰਬਰਦਾਰ ਬਣ ਗਏ ਤਾਂ ਕੀ ਹੋ ਗਿਆ ਕਿ ਉਹ ਜਿਹੜਾ ਇੱਕ ਵਾਰੀ ਲੀਡਰ ਬਣ ਗਿਆ ਉਹ ਕਹਿੰਦਾ ਹੇਠਾਂ 50 ਲੀਡਰ ਪੈਦਾ ਹੋ ਗਏ, ਇਹਨਾਂ ਨੂੰ ਤਾਂ ਸੀਟ ਮਿਲਣੀ ਨਹੀਂ। ਠੀਕ ਹੈ, ਤਾਂ ਇਸ ਕਰਕੇ ਜਦੋਂ ਉਹ ਕੰਮ ਸਿੱਧੇ ਕਰਨ ਲੱਗ ਪਏ, ਲੋਕਾਂ ਦੇ ਕੰਮ ਪਿੰਡਾਂ ਵਾਲੇ ਬੰਦੇ ਕਰਾਉਣੋਂ ਹਟ ਗਏ, ਅਤੇ ਇਸ ਕਰਕੇ ਹੇਠਲੀ ਲੀਡਰਸ਼ਿਪ ਬੰਦ ਹੋ ਗਈ, ਆਪਦੇ ਕੰਮ ਤੱਕ ਲੋਕ ਸੀਮਿਤ ਹੋ ਗਏ, ਕਿਉਂਕਿ ਪੋਲੀਟਿਕਸ ਦੇ ਵਿੱਚ ਅੱਜ ਲੈ ਲਓ ਕੱਲ੍ਹ ਲੈ ਲਓ ਬੰਦਾ ਉਹੀ ਆਉਂਦਾ ਜਿਹਦੀ ਜੇਬ 'ਚ 4 ਪੈਸੇ ਨੇ। ਪਰ ਇਹ ਇਹਨਾਂ ਨੇ ਰਾਜਨੀਤੀ ਸਿੱਖੀ ਕਿੱਥੋਂ ਜੀ? ਰਾਜਨੀਤੀ ਸਿਖਾਉਂਦਾ ਕੌਣ ਹੁੰਦਾ? ਇਹ ਸਮਾਂ ਦੇਖੋ, ਚੋਰ ਨੂੰ ਚੋਰੀ ਕੌਣ ਸਿਖਾਉਂਦਾ? ਹਾਂਜੀ ਹਾਂਜੀ, ਉਹ ਤਾਂ ਕਈ ਵਾਰੀ ਤੁਸੀਂ ਖਾਸ ਕਿਤੇ ਚੋਰਾਂ ਨਾਲ ਗੱਲਬਾਤ ਕਰਿਓ, ਉਹ ਭੁੱਖ ਸਿਖਾਉਂਦੀ ਆ, ਇਹਨਾਂ ਨੂੰ ਸੱਤਾ ਦੀ ਭੁੱਖ ਆ, ਕੁਰਸੀ ਦੀ, ਕੁਰਸੀ ਸੱਤਾ ਦੀ ਭੁੱਖ ਆ। ਸੋ ਇਸ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਉਸ ਖਾਤੀਆਂ, ਮੁੜ ਕੇ ਪੈਸਾ ਆ ਗਿਆ, ਪੈਸੇ 'ਚ ਇੰਨੇ ਉੱਤੇ ਹੋ ਗਏ, ਰਾਜਨੀਤੀ ਇੰਨੀ ਹੀ ਐਕਸਪੈਂਸਿਵ ਕਰਤੀ ਕਿ ਮਾੜਾ ਬੰਦਾ ਉਹਦੇ 'ਚ ਵੜਦਾ ਨਹੀਂ, ਅਗਲਾ ਕਹਿੰਦਾ ਛੱਡੋ। ਅੱਜ ਇਹ ਸੋਚ ਪੈਦਾ ਕਰ ਦਿੱਤੀ ਗਈ ਹੈ ਕਿ ਰਾਜਨੀਤੀ ਬੜੀ ਗੰਦੀ ਆ, ਬੜੀ ਗੰਦੜੀ ਆ, ਤੁਸੀਂ ਵੀ ਗਾਲਾਂ ਕੱਢੋਗੇ, ਮੈਂ ਵੀ ਗਾਲਾਂ ਕੱਢੂੰਗਾ। ਪਰ ਇੱਕ ਜੀ ਮੈਂ ਤੁਹਾਨੂੰ ਇੱਕ ਰੀਸੈਂਟਲੀ ਗੱਲ ਦੱਸਦਾ, ਮੈਂ ਕਾਲਜ ਗਿਆ, ਬੱਚਿਆਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ? ਹੱਥ ਖੜੇ ਕਰੋ, ਡਾਕਟਰ ਇੰਨੇ ਜੀ, ਇੰਜੀਨੀਅਰ ਇੰਨੇ ਜੀ, ਪਾਇਲਟ ਕਹਿੰਦਾ 2 ਜਾਣੇ, ਫਲਾਨਾ ਸਿੰਘ ਇੰਨਾ। ਮੈਂ ਕਿਹਾ ਵੀ ਕਿਸੇ ਨੇ ਲੀਡਰ ਬਣਨਾ? ਹਾਂਜੀ। ਕਹਿੰਦੇ ਜੀ ਨਹੀਂ। ਮੈਂ ਕਿਹਾ ਕੀ ਗੱਲ? ਕਹਿੰਦੇ ਜੀ ਰਾਜਨੀਤੀ ਬੜੀ ਗੰਦੀ ਆ, ਗੰਦੀ ਆ, ਘਟੀਆ ਲੋਕਾਂ ਦੀ ਆ ਖੇਡ, ਜੋ ਗਾਲਾਂ ਕੱਢਣੀਆਂ ਸੀ ਕੱਢੀਆਂ, ਜੋ ਉਹਨਾਂ ਦੇ ਮਨ 'ਚ ਆਇਆ ਬੋਲਿਆ। ਮੈਂ ਕਿਹਾ ਬਹੁਤ ਵਧੀਆ ਵਿਚਾਰ ਨੇ ਤੁਹਾਡੇ, ਹਾਂਜੀ, ਪਰ ਇੱਕ ਚੀਜ਼ ਦੱਸੋ, ਨੌਜਵਾਨੋ, ਬੱਚਿਓ, ਸੋ ਤੁਸੀਂ ਪੜ੍ਹ ਲਿਖ ਕੇ ਡੰਕੀਜ਼ ਦੇ ਥੱਲੇ ਰਹਿਣਾ ਚਾਹੁੰਦੇ? ਤੁਹਾਡੇ 'ਤੇ ਗਧੇ ਰਾਜ ਕਰਨ, ਤੁਹਾਡੇ 'ਤੇ ਕਰਪਟ ਲੋਕ ਰਾਜ ਕਰਨ, ਤੁਸੀਂ ਉਹਨਾਂ ਦਾ ਡੰਡਾ ਮੰਨੋ, ਤੁਸੀਂ ਪੋਲਿਸੀ ਬਣਾਉਣੀ ਆ, ਤੁਸੀਂ ਪੜ੍ਹ ਕੇ IAS ਬਣ ਗਏ, ਤੁਸੀਂ ਕਹਿੰਦੇ ਹੋ ਕਿ ਮੈਂ ਆਹ ਕਰਨਾ, ਉਹ ਕਹਿੰਦਾ ਨਹੀਂ ਆਹ ਤਾਂ ਵੋਟਾਂ 'ਚ ਮੇਰਾ ਨੁਕਸਾਨ ਹੁੰਦਾ, ਕਾਕਾ ਨਹੀਂ ਕਰਨਾ, ਤੇਰੀ ਪੜ੍ਹਾਈ ਉਹਨੇ 2 ਮਿੰਟਾਂ 'ਚ ਖੇ ਕਰਤੀ, ਕਿਉਂਕਿ ਦੇ ਆਰ ਦੀ ਪੋਲਿਸੀ ਮੇਕਰਸ, ਹਾਂਜੀ ਹਾਂਜੀ, ਰਾਈਟ, ਤੁਸੀਂ ਉਹ ਪੋਲਿਸੀ ਬਣਾਈ, ਤੁਸੀਂ ਅਪਲਾਈ ਉਹਨਾਂ ਨੇ ਕਰਨੀ, ਉਹ ਤੁਹਾਨੂੰ ਅਪਲਾਈ ਨਹੀਂ ਕਰਨ ਦਿੰਦੇ। ਸੋ ਸਾਨੂੰ ਚੰਗੇ ਬੰਦਿਆਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ, ਸਮਾਂ ਲੱਗੂਗਾ। ਸਟੂਡੈਂਟ ਲੀਡਰਸ਼ਿਪ ਇਹਨਾਂ ਨੇ ਖਤਮ ਕਰਤੀ, ਵੋਟਾਂ ਬੰਦ ਕਰਤੀਆਂ, ਹੁਣ ਤੁਸੀਂ ਦੇਖੋ ਕਨ੍ਹੱਈਆ ਕੁਮਾਰ ਪੈਦਾ ਹੋਇਆ, ਹੋਰ ਪੈਦਾ ਹੋਏ ਨੇ, ਬੜੇ ਲੀਡਰ ਉੱਧਰ ਪੈਦਾ ਹੋ ਰਹੇ ਨੇ, ਉੱਥੇ ਵੋਟਾਂ ਪੈਂਦੀਆਂ, ਪੰਜਾਬ 'ਚ ਵੋਟਾਂ ਨਹੀਂ ਪੈਂਦੀਆਂ, ਅਤੇ ਇੱਥੇ ਤੁਸੀਂ ਅੱਜ ਪੰਜਾਬ 'ਚ ਵੋਟਾਂ ਕਰਾ ਦਿਓ। ਠੀਕ ਹੈ, ਪਹਿਲੇ 2 ਸਾਲ ਤਾਂ ਵਿਗੜੇ ਕਾਕੇ ਆਉਣਗੇ, ਹਾਂਜੀ, ਰਾਈਟ, ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹਨੂੰ ਅਸੀਂ ਵਰਡ ਦਿੱਤਾ ਹੈ ਅਰਬਨ ਨੈਕਸ ਲਾਈਟ, ਅੱਛਾ, ਰਾਈਟ, ਉਹ ਇੱਕ ਡਿਫਰੈਂਟ ਸੋਰਸ ਦੇ ਬੱਚੇ ਆਏ ਨੇ ਜਿਨ੍ਹਾਂ ਨੇ 2 ਸਾਲ ਕੰਮ ਕੀਤਾ, ਕੋਈ ਪੈਸਾ ਨਹੀਂ ਲੱਗਾ, ਅਤੇ ਕਾਕੇ ਕਿੱਧਰ ਗਏ? ਕਿਤੇ ਨਹੀਂ ਗਏ। ਹੁਣ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਇਆ, ਪੰਜਾਬੀ ਯੂਨੀਵਰਸਿਟੀ ਹੋਇਆ, ਉਹਨਾਂ ਨੇ ਕੁਛ ਮੰਗਿਆ, ਕੁਛ ਜੋ ਵੀ ਸੀਗਾ ਉਹਨਾਂ ਨੇ ਖੁਦ ਡਿਸਾਈਡ ਕੀਤਾ ਬੱਚਿਆਂ ਨੇ ਵੀ ਦਿਸ ਇਜ਼ ਰੋਂਗ, ਦਿਸ ਇਜ਼ ਰਾਈਟ,
ਕੁਝ ਲੀਡਰ ਉੱਥੇ ਪਕੌੜੇ ਤਲਣ ਗਏ, ਉਹ ਕਹਿੰਦੇ ਆਊਟ ਦਿਸ ਇਜ਼ ਅਵਰ ਪ੍ਰੋਬਲਮ, ਅਸੀਂ ਡੀਲ ਕਰਾਂਗੇ, ਇਹਨੂੰ ਰਾਜਨੀਤੀ ਦਾ ਮੰਚ ਨਹੀਂ ਬਣਾਉਣਾ ਚਾਹੁੰਦੇ। ਸੋ ਉੱਥੇ ਲੀਡਰ ਪੈਦਾ ਹੋ ਗਏ। ਸੋ ਉੱਥੇ ਜੇਕਰ ਵੋਟਸ ਹੋਣਗੀਆਂ ਬੰਦੇ ਦਾ ਬਣੂਗਾ, ਉਹ ਪਿੰਡਾਂ 'ਚ ਜਾਊਗਾ, ਉਹਦਾ ਉੱਧਰ ਇੱਛਾ ਬਣ ਜੂਗੀ ਆਹ ਚੀਜ਼ ਮੇਰੇ ਲਈ ਅੱਛੀ ਹੈ, ਅਤੇ ਉਹ ਪਿੰਡ ਦਾ ਸਰਪੰਚ ਬਣੂਗਾ, ਮੈਂਬਰ ਬਣੂਗਾ, ਠੀਕ ਹੈ, ਉੱਥੋਂ ਆ ਜੂਗਾ ਅੱਗੇ। ਇਸੇ ਕਰਕੇ ਮੈਂ ਅੱਜ ਤੁਹਾਡੇ ਕੋਲ ਗੱਲ ਕਰਨਾ, ਮੈਂ ਕੁਛ ਕੰਮ ਕਰਨਾ, ਮੈਂ ਪਿੰਡਾਂ 'ਚ ਜਾਂਦਾ, ਮੈਂ ਬੱਚਿਆਂ ਨਾਲ ਗੱਲ ਕਰਨਾ, ਮੈਂ 18 ਸਾਲ 16 ਸਾਲ 17 ਸਾਲ ਦੇ ਬੱਚਿਆਂ ਨਾਲ ਗੱਲ ਕਰਦਾ, ਉਹਨਾਂ ਨਾਲ ਆਹੀ ਗੱਲਾਂ ਕਰਦਾ, ਨਿਊ ਜਨਰੇਸ਼ਨ ਨਾਲ ਕਿ ਬੱਚਿਓ ਤੁਸੀਂ ਆਪਣਾ ਦੇਸ਼ ਆਪਣਾ ਪੰਜਾਬ ਖੁਦ ਸੰਭਾਲਣਾ। ਹਾਂਜੀ, ਨਹੀਂ ਤਾਂ ਇਹ ਲੋਕ ਤੁਹਾਡੇ 'ਤੇ ਰਾਜ ਕਰਨਗੇ। ਹਾਂਜੀ, ਇਹ ਤੁਹਾਨੂੰ ਆਪਦੇ ਅਕੋਰਡਿੰਗਲੀ ਕਰਨਗੇ, ਤੁਸੀਂ ਹਿਪਨੋਟਾਈਜ਼ ਹੋ ਚੁੱਕੇ ਹੋ। ਜੇਕਰ ਹਿਪਨੋਟਿਜ਼ਮ ਦੇ ਜਾਦੂ ਦੇ ਵਿੱਚੋਂ ਨਿਕਲਣਾ, ਤੁਹਾਨੂੰ ਉਹ ਬੈਰੀਅਰ ਉਹ ਬ੍ਰੇਕ ਕਰਨਾ ਪੈਣਾ, ਬਲੂਨ ਬ੍ਰੇਕ ਕਰਨਾ ਪੈਣਾ, ਉਹ ਤਾਂਹੀਂ ਹੋਊਗਾ ਜੇਕਰ ਤੁਸੀਂ ਆਪਣੀ ਰਾਜਨੀਤੀ ਬਾਰੇ ਇੰਟਰਸਟ ਲਓਗੇ। ਸਦਾ ਮਨਜੀਤ ਸਿੰਘ ਜੀ, ਜੇਕਰ ਮੈਂ ਇੰਡੀਵਿਜੁਅਲੀ ਤੌਰ ਦੇ ਉੱਤੇ ਜਿਸ ਢੰਗ ਨਾਲ ਲੱਗਿਆ, ਜਾਂ ਮੇਰੇ ਨਾਲ ਹਜੇ ਜਿਵੇਂ ਟੀਮ ਬੱਚਿਆਂ ਦੀ ਜੁੜ ਗਈ ਹੈ, ਜੇ ਅਸੀਂ 10 ਸਾਲਾਂ ਦੇ ਵਿੱਚ 5000 ਪੰਚਾਇਤ ਮੈਂਬਰ ਬਣਾ ਲਿਆ, ਹਾਂਜੀ ਵਾਹ, 12.5 ਹਜ਼ਾਰ ਦੇ ਨੇੜੇ ਤੇੜੇ ਪੰਚਾਇਤਾਂ ਨੇ 5000 ਪੰਚਾਇਤ ਮੈਂਬਰ ਬਣ ਲਿਆ, ਜਿਹੜਾ ਕਿ 70-80 ਹਜ਼ਾਰ ਦੇ 90 ਹਜ਼ਾਰ ਦੇ ਵਿੱਚੋਂ ਬਣਾਉਣਾ, ਅਤੇ ਮੈਂ ਕਹਾਂਗਾ ਕਿ ਨਵੀਂ ਲੀਡਰਸ਼ਿਪ ਦੀ ਮੈਂ ਜੜ ਲਾਤੀ ਹੈ, ਹੁਣ ਭਾਈ ਇਹ ਆਪਣੇ ਆਪ ਜਾਣਨ। ਸੋ ਮੈਂ ਪੈਦਾ ਕਰ ਰਿਹਾ ਉਹਨਾਂ ਨੂੰ, ਮੈਂ ਉਹਨਾਂ ਨੂੰ ਵਾਰ ਵਾਰ, ਇੱਕ ਹੁੰਦਾ ਵਰਡ ਨੋਕਿੰਗ, ਹਾਂਜੀ ਮੈਂ ਕਹਿੰਦਾ ਉਹਨਾਂ ਹੈਮਰਿੰਗ, ਮੈਂ ਹੈਮਰ ਕਰਦਾ ਹਾਰਡਰ, ਕਿਉਂਕਿ ਇਹ ਜਿਹੜਾ ਟੁੱਟ ਵੱਜ ਚੁੱਕਿਆ, ਇਹ ਜਿਹੜੀ ਨਾ ਮਿੱਟੀ ਇਹ ਸੁੱਕ ਗਈ ਆ, ਪੰਜਾਬ ਦੀ ਮਿੱਟੀ ਜਿਹੜੀ ਹੈ ਸੋਚ ਇਹ ਸੁੱਕ ਗਈ ਆ, ਜੇਕਰ ਇਹਨੂੰ ਤੋੜਨਾ ਹੈ, ਇਹ ਪਾਣੀ ਪੂਣੀ ਨਾਲ ਨਹੀਂ ਟੁੱਟਦੀ, ਇਹ ਤਾਂ ਜਿਵੇਂ ਘੋਟਦਿਆਂ ਨਾਲ ਘੁਮਿਆਰ ਕੁੱਟਦੇ ਆ ਨਾ, ਹਾਂਜੀ ਉਵੇਂ ਕੁੱਟ ਕੁੱਟ ਕੇ ਕਰਨੀ ਪੈਣੀ ਹੈ। ਸੋ ਆਈ ਕਾਲ ਇਟ ਵਰਡ ਹੈਮਰਿੰਗ, ਜਿੱਦਾਂ ਕਹਿੰਦੇ ਖੂਨ ਜੰਮ ਗਿਆ। ਸੋ ਇਸ ਕਰਕੇ ਮੈਂ ਅੱਜ ਦੇ ਪ੍ਰੋਗਰਾਮ ਦੇ ਜ਼ਰੀਏ ਇਨਵਾਈਟ ਕਰਦਾ ਉਹਨਾਂ ਭਰਾਵਾਂ ਨੂੰ, ਮੇਰਾ ਆਈਡੀਆ ਲਓ, ਮੇਰੇ ਨਾਲ ਨਾ ਆਓ, ਤੁਸੀਂ ਆਪਦੇ ਪਿੰਡ ਕੰਮ ਸ਼ੁਰੂ ਕਰ ਦਿਓ। ਮੈਂ ਕਿ ਇੱਕ ਰਾਜਨੀਤਿਕ ਦੀ ਇੰਟਰਵਿਊ ਲੈ ਰਿਹਾ ਸੀਗਾ, ਮੈਨੂੰ ਪੁੱਛਿਆ ਉਹਨੂੰ ਵੀ ਤੁਹਾਡੀ ਕਿੰਨੀ ਬੇਇੱਜ਼ਤੀ ਹੁੰਦੀ ਆ, ਕਿੱਦਾਂ ਤੁਸੀਂ ਕਰਦੇ ਹੋ, ਤੁਸੀਂ ਚੰਗਾ ਭਲਾ ਤੁਹਾਡੇ ਕੋਲ ਜਾਇਦਾਦ ਆ, ਸਾਰਾ ਕੁਛ ਵਾ, ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ, ਤੁਸੀਂ ਕੌਮ ਦਾ ਕੁਛ ਸਵਾਲ ਨਹੀਂ ਰਹੇ, ਸਾਰਾ ਕੁਛ। ਮੈਨੂੰ ਕਹਿੰਦਾ ਮਨਜੀਤ ਸਿਆ, ਉਹ ਜਦੋਂ ਯਾਰ SSP ਐਨ IG ਵਰਗੇ ਸਲੂਟ ਮਾਰਦੇ ਆ, ਤਾਂ ਕਿਹਦਾ ਜੀ ਨਹੀਂ ਕਰਦਾ ਮਨਿਸਟਰ ਬਣਨ ਨੂੰ? ਦੇਖੋ ਪਤਾ ਗੱਲ ਕੀ ਆ, ਇਹ ਨਸ਼ਾ, ਹਾਂਜੀ ਤੁਹਾਨੂੰ ਇੱਕ ਮੋਟੀ ਇੱਕ ਗੱਲ ਦੱਸਣਾ, ਰਾਜਨੀਤਿਕ ਬੰਦੇ ਦੇ ਘਰੇ ਸਵੇਰੇ 10 ਬੰਦੇ ਨਾ ਖੜੇ ਹੋਣ, ਉਡੀਕਣ ਨਾ, ਅਤੇ ਉਹ ਬਾਹਰ ਨਿਕਲੇ, ਉਹਨੂੰ ਆਪਦੇ ਜੰਗਲੇ ਵਿੱਚ ਦੀ ਝਾਕ ਕੇ ਨਾ ਦਿਸੇ ਨਾ ਵੀ 10 ਬੰਦੇ ਸਵੇਰੇ ਆ ਗਏ, ਉਹਨੂੰ ਸਵੇਰੇ ਫਰੈਸ਼ ਨਹੀਂ ਹੋ ਸਕਦਾ, ਠੀਕ ਹੈ, ਅਤੇ ਉਹ ਵੀ ਕਹਾਣੀ ਕੀ ਹੋ ਗਈ, ਅੱਜ ਬੰਦੇ ਆਏ, ਹੁਣ ਕਈ ਸਾਡੇ ਮੈਂ ਨਾਂ ਨਹੀਂ ਲੈਂਦਾ ਗਾ, ਚਲੋ ਵਾਰੀ ਵਾਰੀ ਇੱਕੋ ਬੰਦੇ ਦਾ ਨਾਂ ਕਿਉਂ ਲੈਣਾ, ਅੱਜ ਕੱਲ੍ਹ ਉਹਨਾਂ ਦੇ ਘਰੇ ਕੋਈ ਲੋਕਾਂ ਦਾ ਬਾਹਲਾ ਆਉਣਾ ਜਾਣਾ ਨਹੀਂ, ਉਹ ਲੋਕਾਂ ਦੇ ਘਰੇ ਬੜੇ ਫਿਰਦੇ ਆ, ਹਾਂਜੀ ਹਾਂਜੀ ਰਾਈਟ, ਉਹ ਕਿਉਂ ਬੜੇ ਆ, ਕਿਉਂਕਿ ਲੋਕ ਉਹਨਾਂ ਦੇ ਘਰੋਂ ਆਉਣੋਂ ਹਟ ਗਏ। ਮੈਂ ਪੜ੍ਹ ਰਿਹਾ ਸੀਗਾ, ਧਿਆਨ ਸਿੰਘ ਡੋਗਰੇ ਨੇ ਕਿਸੇ ਨੂੰ ਹੁਕਮ ਦਿੱਤਾ ਵੀ ਜਦੋਂ ਨੌਨਿਹਾਲ ਸਿੰਘ ਆਊਗਾ ਨਾ, ਤੁਸੀਂ ਪੜ੍ਹੀ ਨਹੀਂ ਸਕੀ, ਬੜੀ ਮਹੱਤਵਪੂਰਨ ਆ, ਉਹ ਕਹਿੰਦਾ ਵੀ ਮੈਂ ਰੁਮਾਲ ਹਿਲਾਊਂਗਾ ਅਤੇ ਤੂੰ ਮਤਲਬ ਉਹ ਜਿਹੜੀ ਸੱਤ ਥੱਲੇ ਡਿੱਗ ਪੈਣੀ, ਕੋਈ ਬੰਬ ਰੱਖਿਆ ਹੋ ਜਾਵੇ ਨਵੀਂ, ਅਤੇ ਉਹ ਜਦੋਂ ਆ ਰਿਹਾ ਅਤੇ ਉਹਨੇ ਜਦੋਂ ਰੁਮਾਲ ਹਿਲਾਇਆ ਅਤੇ ਉਹਨੇ ਉਹ ਗੱਲ ਸੁਣੀ ਨਹੀਂ, ਉਹ ਥੋੜ੍ਹਾ ਜਿਹਾ ਗਾਹ ਲੰਘ ਗਿਆ ਅਤੇ ਫਿਰ ਉਹਨੇ ਜਾ ਕੇ ਅਤੇ ਉਹ ਜਿਹੜਾ ਬੰਬ ਫੜ ਗਿਆ, ਨੌਨਿਹਾਲ ਸਿੰਘ ਬਚ ਗਿਆ। ਉਹ ਕਹਿਣ ਲੱਗਾ ਵੀ ਤੈਨੂੰ ਜਦੋਂ ਮੈਂ ਕਿਹਾ ਸੀਗਾ ਵੀ ਤੂੰ ਉਦੋਂ ਉਹ ਕੰਮ ਉਦੋਂ ਕਰਨਾ ਤਾਂ ਤੂੰ ਕਿਉਂ ਨਹੀਂ ਕੀਤਾ? ਕਹਿੰਦਾ ਜੀ ਤੁਹਾਡੇ ਉਹਨਾਂ ਦੇ ਨਾਲ ਤੁਹਾਡਾ ਭਤੀਜਾ ਸੀਗਾ ਅਤੇ ਮੈਂ ਸੋਚਦਾ ਵੀ ਤੁਹਾਡੇ ਭਤੀਜੇ ਦੀ ਮੌਤ ਨਾ ਹੋ ਜਾਵੇ। ਕਹਿੰਦਾ ਗੱਲ ਸੁਣ, ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਭਤੀਜਾ ਨਹੀਂ, ਕੋਈ ਕਿਸੇ ਦੀ ਮਾਂ ਨਹੀਂ। ਦੇਖੋ ਨਾ ਰਾਜਨੀਤੀ ਦੇ ਵਿੱਚ ਕੋਈ ਦੁਸ਼ਮਣ ਹੈ, ਨਾ ਕੋਈ ਭਰਾ ਹੈ, ਹਾਂਜੀ ਹਾਂਜੀ, ਨਾ ਕੋਈ ਪੁੱਤ ਹੈ। ਤੁਹਾਨੂੰ ਇੱਕ ਚੀਜ਼ ਦੱਸਾਂ, ਕਈ ਬੰਦੇ ਕਹਿੰਦੇ ਨਾ ਵੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦਾ? ਮੈਂ ਕਿਹਾ ਜੀ ਹੈ ਤਾਂ ਵੈਸੇ ਮੁੱਖ ਮੰਤਰੀ ਹੀ, ਪਰ ਕਹਿੰਦੇ ਸਵਾਦ ਨਹੀਂ ਆਉਂਦਾ ਜਿੰਨੀ ਦੇਰ ਖੁਦ ਮੁੱਖ ਮੰਤਰੀ ਨਾ ਹੋਵੇ। ਮੈਂ ਕਹਿੰਦਾ ਤੇਰੀ ਢੂਈ 'ਤੇ ਕਿਤੇ ਮੱਛਰ ਲੜੇ ਨਾ, ਹੈਂ, ਅਤੇ ਖੁਰਕ ਬਗਾਨੇ ਤੋਂ ਕਰਾ ਕੇ ਦੇਖੀ, ਠੀਕ ਹੈ, ਅਤੇ ਜਿੰਨੀ ਦੇਰ ਆਪ ਢੂਈ ਭਾਵੇਂ ਨਾ ਛਿੱਲ ਲਈਏ, ਹੈਂ, ਭਾਵੇਂ ਸਰੀਏ ਨਾਲ ਪਿੱਛੇ ਐਂ ਕਰੀਏ, ਜਿਹੜੀ ਜਿਹਨੂੰ ਬਾਗੜੀ ਬੋਲੀ ਹੈ, ਬਾਗੜੀ ਸਾਡੇ ਨਾ ਏਰੀਆ ਉੱਥੇ ਰਾਜਸਥਾਨ ਦਾ ਅਤੇ ਕੁਛ ਹਰਿਆਣੇ ਦਾ, ਉਹ ਕਹਿੰਦੇ ਹੁੰਦੇ ਆ ਕਿ ਰਾਜ ਔਰ ਖਾਜ ਖੁਦ ਹੀ ਕਰਿਆ ਮਜੋ ਵਾਲਾ। ਸੋ ਜਿਹੜਾ ਰਾਜ ਅਤੇ ਖੁਰਕ ਆ ਨਾ, ਇਹ ਆਪ ਹੀ ਕੀਤਾ ਨਜ਼ਾਰਾ ਆਉਂਦਾ, ਇਹ ਬਗਾਨੇ ਨੂੰ ਕਰਾ ਕੇ ਨਹੀਂ ਆਉਂਦਾ। ਇਹਦੇ ਲਈ ਬੜੀ ਤੁਹਾਨੂੰ ਨਾ ਉਹ ਚਾਹੀਦੀ ਆ, ਵਟ ਯੂ ਕਾਲ, ਸਮਾਜ ਪ੍ਰਤੀ ਸਮਰਪਣ ਚਾਹੀਦਾ, ਸਮਰਪਣ ਚਾਹੀਦਾ, ਠੀਕ ਹੈ। ਪੁਰਾਣੇ ਸਾਡੇ ਜਿਹੜੇ ਬੰਦੇ ਸੀ ਉਹਨਾਂ ਦਾ ਰਾਜ ਪ੍ਰਤੀ ਸਮਰਪਣ ਸੀ, ਚੱਲ ਮੁੰਡਿਆ ਤੂੰ ਕੰਮ ਕਰ, ਚੱਲ ਵੀ ਤੂੰ ਨਾਲ ਚੱਲ। ਪੁਰਾਣੇ ਜਥੇਦਾਰ ਨੂੰ ਕੀ ਕਰਦੇ ਸੀਗੇ, ਜਥੇਦਾਰ ਸਾਹਿਬ ਸਵੇਰੇ ਚੰਡੀਗੜ੍ਹ ਜਾਣਾ ਜੀ, ਚੰਗਾ ਭਾਈ ਫਿਰ ਐਂ ਕਰੀ ਬੱਸ ਅੱਡੇ 'ਤੇ ਆ ਜੀ, ਹਾਂਜੀ ਹਾਂਜੀ ਹਾਂਜੀ, ਅੱਗੇ ਬੱਸ ਦੇ ਉੱਤੇ ਲਿਖਿਆ ਹੁੰਦਾ ਸੀ ਇਹ ਸੀਟ MLA ਅਤੇ MP ਲਈ ਸੁਰੱਖਿਅਤ ਹੈ,
ਅੱਛਾ ਪੰਜਾਬ ਦੇ ਵਿੱਚ ਹਾਂਜੀ ਉਹ ਫਿਰ MLA ਸਾਹਿਬ ਤੇ MP ਸਾਹਿਬ ਜਾਂਦੇ ਉਹ ਸੀਟ ਤੇ ਬਹਿ ਜਾਂਦੇ ਹਾਂਜੀ ਤੇ ਚੰਡੀਗੜ੍ਹ ਜਾ ਵੜਦੇ ਹਾਂਜੀ ਤੇ ਜਥੇਦਾਰ ਕਲਚਰ ਸੀ ਦੂਜੇ ਵੀ ਚਿੱਟੀਆਂ ਪੱਗਾਂ ਵਾਲੇ ਉਹਨਾਂ ਜਥੇਦਾਰ ਨਾ ਕਹਿੰਦੇ ਨੀਲੀਆਂ ਵਾਲੀਆਂ ਨੂੰ ਜਥੇਦਾਰ ਕਹਿ ਦਿੰਦੇ ਹਾਂਜੀ ਹਾਂਜੀ ਚਲੋ ਜੀ ਦਫ਼ਤਰ ਗਏ ਸੈਕਟਰੀਏਟ ਗਏ ਸਮਾਂ ਬੀਤਿਆ ਜਥੇਦਾਰ ਸਾਹਿਬ ਸੀ ਉਹ ਜਾ ਕੇ ਆਪਦਾ ਝੋਲਾ ਰੱਖ ਲੈਂਦੇ ਸੀ ਕਿਸੇ ਗੁਰੂ ਘਰ ਤੇ ਜਿਹੜੇ ਕਾਂਗਰਸ ਵਾਲੇ ਸੀ ਉੱਥੇ ਪੰਚਾਇਤ ਘਰ ਰੱਖ ਲੈਂਦੇ ਤੇ ਫਿਰ ਮੇਰੇ ਵਰਗਾ ਜਿਹੜਾ ਨਾਲ ਗਿਆ ਹੁੰਦਾ ਸੀਗਾ ਨਾਲ ਲੰਗਰ ਲੁੰਗਰ ਖਾ ਕੇ ਫਿਰ ਜਥੇਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਹੈ ਕਹਿੰਦੇ ਭਾਈ ਤੂੰ ਤਾਂ ਜਾ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੰਮ ਹੋ ਗਿਆ ਹੁਣ ਕੀ ਹੋ ਗਿਆ ਫਿਰ ਹੌਲੀ ਹੌਲੀ ਸਿਲਸਿਲਾ ਚੱਲਿਆ ਭਾਈ ਗੱਡੀ ਲਿਆ ਚੱਲ ਚੱਲ ਗਈ ਉਹ ਪਹਿਲੀ ਵਾਰੀ ਆਪਦਾ ਕੰਮ ਕਰਕੇ ਆਉਂਦਾ ਮਿਲਿਆ ਨਹੀਂ ਵੀ ਅਫਸਰ ਅੱਛਾ ਦੂਜੀ ਵਾਰੀ ਚੱਲਾਂਗੇ ਕਿਉਂਕਿ ਪਹਿਲੀ ਵਾਰੀ ਉਹਨੇ ਆਪਦਾ ਕੰਮ ਕਰ ਲਿਆ ਦੂਜੇ ਤੀਜੇ ਗੇੜੇ ਕੰਮ ਕਰਾਉਂਦਾ ਮੈਂ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਤੁਹਾਨੂੰ ਹਾਂਜੀ ਬਠਿੰਡੇ ਸਾਡੇ ਇੱਕ ਉਦੋਂ ਮੈਂ ਛੋਟਾ ਹੀ ਸੀ ਬੜਾ ਵੱਡਾ ਨਹੀਂ ਸੀ ਕਾਲਜ ਗੋਇੰਗ ਸੀ ਅੱਛਾ ਤੇ ਮੈਂ ਕਿਹਾ ਇੱਕ ਮੈਂ ਥੋੜ੍ਹਾ ਜਿਹਾ ਵੈਸੇ ਸਟੂਡੈਂਟ ਲੀਡਰਸ਼ਿਪ 'ਚ ਉਦੋਂ ਪੈਰ ਹੱਥ ਵੀ ਮਾਰਦਾ ਥੋੜ੍ਹੀ ਜਾਣ ਪਛਾਣ ਵੀ ਸੀਗੀ ਅਸੀਂ ਕੱਪੜਿਆਂ ਦੀ ਦੁਕਾਨ 'ਤੇ ਬੈਠੇ ਅੱਛਾ ਜੀ ਉਹਨਾਂ ਨੇ ਚਾਰ ਕੁੜਤੇ ਪਜਾਮੇ ਪੜਵਾ ਲਏ ਜਿਹੜੇ ਬੰਦੇ ਨਾਲ ਆਏ ਸੀਗੇ ਉਹਨਾਂ ਕੰਨੀ ਜੋ ਚੱਕਿਆ ਅਤੇ ਉਹ ਵਿਚਾਰੇ ਮੇਰੇ ਵਰਗੇ ਹਿਸਾਬ ਕਿਤਾਬ ਠੀਕ ਹੀ ਉਹ ਬਾਹਰ ਨੂੰ ਨਿਕਲ ਗਏ ਹਾਂਜੀ ਅਤੇ ਉਹਨੇ ਵੇਖ ਲਿਆ ਵੀ ਇਹ ਤਾਂ ਪੈਸੇ ਦਿੰਦੇ ਨਹੀਂ ਮੇਰੇ ਕੁੜਤੇ ਪਜਾਮਿਆਂ ਦੇ ਅੱਛਾ ਉਹਨੇ ਚੁੱਪ ਕਰਕੇ ਅਤੇ ਉਹਨੂੰ ਕਹਿੰਦਾ ਭਾਈ ਲਿਖ ਲਾ ਖਾਤੇ 'ਚ ਅੱਛਾ ਖਾਤਾ ਚੱਲਦਾ ਸੀ ਹਾਂਜੀ ਹਬੋਰ ਦੇ ਏਰੀਏ ਦੇ ਲੀਡਰ ਸੀਗਾ ਬਠਿੰਡਾ ਸਾਨੂੰ ਲੀੜੇ ਕੱਪੜੇ ਲਈ ਪੈਂਦਾ ਸੀ ਹਾਂਜੀ ਉੱਥੋਂ ਚੱਲੇ ਕੁਦਰਤੀ ਤੌਰ 'ਤੇ ਕੀ ਹੋਇਆ ਇੱਕ ਅਫਸਰ ਕੋਲ ਅਸੀਂ ਇਕੱਠੇ ਹੋ ਗਏ ਅੱਛਾ ਜੀ ਉਹ ਅਫਸਰ ਜਿਹੜਾ ਸੀਗਾ ਮੇਰੇ ਫਰੈਂਡ ਦੇ ਫਾਦਰ ਸੀ ਅੱਛਾ ਜੀ ਜਦੋਂ ਉੱਥੇ ਗਏ ਉਹ ਗੱਲਾਂ ਗੁੱਲਾਂ ਮਾਰਿਆ ਮਾਰ ਮੂਰ ਕੇ ਚਾਹ ਚੂ ਪੀ ਕੇ ਬਾਹਰ ਆ ਗਏ ਅਤੇ ਮੈਂ ਵੀ ਆ ਗਿਆ ਕਿਉਂਕਿ ਸਾਡੇ ਇਲਾਕੇ ਨਾਲ ਸੰਬੰਧਿਤ ਸੀ ਮੈਂ ਕਿਹਾ ਅੰਕਲ ਤੁਸੀਂ ਬੰਦਿਆਂ ਦਾ ਕੰਮ ਹੀ ਨਹੀਂ ਕਿਹਾ ਕਹਿੰਦੇ ਪੁੱਤ ਇਹਨਾਂ ਨੇ ਮੇਰੇ ਕੁੜਤੇ ਪਜਾਮੇ ਦੇ ਪੈਸੇ ਨਹੀਂ ਦਿੱਤੇ ਕਹਿੰਦਾ ਮੈਂ ਕਹਿੰਦਾ ਕੁੜਤੇ ਪਜਾਮੇ ਆਪਦੇ ਲਈ ਸਵਾਉਣਾ ਕਹਿੰਦਾ ਇਹਨਾਂ ਲਈ ਸਵਾਉਣਾ ਕਹਿੰਦਾ ਹੁਣ ਇਹ ਕੀ ਕਹਿੰਦਾ ਮੈਂ ਅਗਲੀ ਵਾਰੀ ਨਾਲ ਲਿਆਊਂਗਾ ਕੰਮ ਕਰਾ ਦੂੰਗਾ ਅੱਛਾ 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 ਸੋ ਚੀਜ਼ ਪਤਾ ਕੀ ਹੈ ਹੌਲੀ ਹੌਲੀ ਇਹ ਸੋਚ ਬਦਲ ਗਈ ਉਹਦੇ ਵਿੱਚ ਫਿਰ ਲੋਕਾਂ ਕੋਲ ਪੈਸਾ ਆ ਗਿਆ ਇਸ ਤੋਂ ਪਹਿਲਾਂ ਫਲੋ ਹੈਣੀ ਸੀ ਜਦੋਂ ਤੁਸੀਂ ਕੁੱਤੇ ਨੂੰ ਟੁੱਕ ਪਾ ਦਿਓਗੇ ਤੁਹਾਡੇ ਦਰਾਂ ਅੱਗੇ ਪੂਛ ਖੜਕਾਊਗਾ ਉਹਨਾਂ ਨੇ ਕੁਛ ਜਿਹੜੇ ਦੂਜੇ ਬੰਦੇ ਸੀ ਉਹ ਪੈਸਾ ਸਿੱਟਣ ਲੱਗ ਪਏ ਇਨਵੈਸਟਮੈਂਟ ਕਰਨ ਲੱਗ ਪਏ ਫਿਰ ਉਹ ਕਹਿੰਦੇ ਜੀ ਸਰਦਾਰ ਜੀ ਆਪਾਂ ਤੁਹਾਡੇ 'ਤੇ ਲੱਖ ਰੁਪਈਆ ਲਾਇਆ ਸੀ ਇਲੈਕਸ਼ਨ ਚੰਗਾ ਫਿਰ ਭੁੱਕੀ ਵੇਚ ਲਾ ਲਾਬੀਐਸਟ ਹਾਂਜੀ ਰਾਈਟ ਤੂੰ ਫੀਮ ਵੇਚ ਲਾ ਉਹ ਵੇਖ ਲਾ ਜੇ ਕਿਸੇ ਦੀ ਔਂਤ ਢੇਰੀ ਪਈ ਆ ਦੱਬ ਲਓ ਰਾਈਟ ਔਂਤ ਢੇਰੀ ਤੋਂ ਸ਼ੁਰੂ ਹੁੰਦੇ ਹੁੰਦੇ ਤੁਹਾਡੇ NRI ਦੀਆਂ ਢੇਰੀਆਂ ਨੂੰ ਪੈ ਗਏ ਹਾਂਜੀ ਠੀਕ ਆ ਵੈਸੇ ਤਾਂ ਮੈਂ ਕਹਿੰਦਾ ਹੁੰਦਾ ਕਿ ਜੱਟ 'ਚ ਇੱਕ ਕੌਮ 'ਚ ਬਹੁਤ ਵੱਡੀ ਜ਼ਮੀਨ ਦੀ ਭੁੱਖ ਆ ਉਹ ਭੁੱਖ ਕਿਉਂ ਹੁੰਦੀ ਆ ਜਦੋਂ ਤੁਸੀਂ ਜੰਮਦੇ ਹੋ ਤੁਸੀਂ ਆਪਦੇ ਦਾਦੇ ਦੇ ਘਰੇ ਜਾਣਦੇ ਹੋ ਸਹੀ ਆ ਪਿਓ ਦੇ ਘਰੇ ਨਹੀਂ ਜੰਮਦੇ ਜਨਮ ਤੁਹਾਡਾ ਦਾਦੇ ਦੇ ਘਰੇ ਹਾਂਜੀ ਹਾਂਜੀ ਦਾਦਾ ਜੇ ਸਪੋਜ਼ ਕਰੋ ਵੀ 100 ਕਿੱਲੇ ਦਾ ਮਾਲਕ ਹੈ ਤਾਂ ਤੁਸੀਂ 100 ਕਿੱਲੇ ਵਾਲੇ ਦੇ ਘਰੇ ਜੰਮ ਪਏ ਨੌਕਰ ਸੀਰੀ ਗੱਡੀਆਂ ਟਰੈਕਟਰ ਤੁਹਾਡੇ ਪਿਤਾ ਜੀ ਉਰੀ 4 ਭਰਾ ਹੈ ਤਾਂ ਤੁਸੀਂ 25 ਕਿੱਲਿਆਂ ਦੇ 25 ਕਿੱਲਿਆਂ ਪਿਓ ਦੇ ਆ ਗਏ ਪੁੱਤ ਬਣ ਗਏ ਹਾਂਜੀ ਹਾਂਜੀ ਪੁੱਤ ਬਣ ਗਏ ਉਹ ਅੱਡ ਹੋ ਗਏ ਤੁਸੀਂ 25 ਕਿੱਲੇ ਤੁਸੀਂ ਕਿਹਾ 2 ਭਰਾ ਹੋ ਅਤੇ ਤੁਹਾਡੇ ਕੋਲ ਜੇ ਅੱਡ ਹੁੰਦੇ ਹੋ ਤਾਂ ਸਰਦਾਰ ਜੀ ਤੁਹਾਡੇ ਕੋਲ 11 ਕਿੱਲੇ ਆਪਣੇ ਕਿੰਨੇ ਆਉਂਦੇ 8 ਕਿੱਲੇ ਹਾਂਜੀ 25 ਕਿੱਲੇ 8 ਤੀਆ 24 ਕੁਛ ਕਨਾਲਾ ਹਾਂਜੀ ਹਾਂਜੀ ਸੋ ਜੰਮੇ 100 ਕਿੱਲੇ ਵਾਲੇ ਦੇ ਘਰੇ ਅਤੇ ਬੁਢਾਪਾ ਗੁਜ਼ਾਰਿਆ 8 ਕਿੱਲਿਆਂ ਵਾਲੇ ਦੇ ਘਰੇ 8 ਕਿੱਲਿਆਂ ਦੇ ਮਾਲਕ ਹੋ ਗਏ ਗਾਂ ਆਪਦੇ ਜਵਾਕ ਸੋ ਸਾਡੇ 'ਚ ਇੱਕ ਭੁੱਖ ਪੈਦਾ ਹੋ ਗਈ ਜ਼ਮੀਨ ਦੀ ਹਾਂਜੀ ਹਾਂਜੀ ਠੀਕ ਹੈ ਉਹ ਫਿਰ ਜੋ ਜ਼ਮੀਨ ਦੀ ਭੁੱਖ ਪੈਦਾ ਹੋ ਗਈ ਫਿਰ ਅਸੀਂ ਭਾਲਣ ਲੱਗ ਪਏ ਵੀ ਖਾਲੀ ਕਿੱਥੇ ਮਿਲਦੀ ਹੈ ਇਹਨੂੰ ਕਬਜ਼ਾ ਕਰ ਵੱਟ ਤਾਂ ਅਸੀਂ ਵੱਢਣ ਨੂੰ ਨਹੀਂ ਹਟਦੇ ਜੇ ਅਸੀਂ ਤਾਂ ਬੜੀ ਸਿੰਪਲ ਜੀ ਗੱਲ ਆਪਣੇ ਕਿਤੇ ਬਾਹੀ ਵਾਲੇ ਪੁੱਛੋ ਨਾਲ ਵੱਟ ਵੱਢ ਲੂਗਾ ਨਾਲ ਦਾ ਸਰੀਰ ਵੀ ਜੇ ਓੜਾ ਵੱਧ ਨਿਕਲ ਜੇ ਨਾਲੇ ਪਤਾ ਹੀ ਮਰੱਬੇਬੰਦੀ ਹੋਈ ਵੀ ਹੈ ਤੇ ਇਹ ਕੱਲ੍ਹ ਨੂੰ ਕੀ ਕਹਿੰਦੇ ਵੱਟ ਸਿੱਧੀ ਹੋ ਹੀ ਜਾਣੀ ਹੈ ਤੇ ਮੈਨੂੰ ਇੱਧਰ ਪਲਟਾ ਮਾਰਨਾ ਪੈਣਾ ਸੋ ਸਾਡੀ ਇੱਕ ਪ੍ਰਵਿਰਤੀ ਪੈਦਾ ਹੋ ਗਈ ਉਸ ਪ੍ਰਵਿਰਤੀ ਦਾ ਫਾਇਦਾ ਚੁੱਕਿਆ ਗਿਆ ਠੀਕ ਹੈ ਮੈਂ ਬੜੀਆਂ ਕੌਮਾਂ ਦੀ ਗੱਲ ਤੁਹਾਨੂੰ ਐਗਜ਼ਾਮਪਲ ਦੇ ਸਕਦਾ ਦੇਖੋ ਕਈ ਕੌਮਾਂ ਹੈਗੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਓਵਰ ਐਨਰਜਿਕ ਨੇ ਉਹਨਾਂ ਨੇ ਕੀ ਕੀਤਾ ਜਾਂ ਨਸ਼ੇ 'ਚ ਪਾ ਤੇ ਜਾਂ ਕ੍ਰਾਈਮ 'ਚ ਪਾ ਦਿੰਦੀਆਂ ਨੇ ਜਾਂ ਇੱਥੇ ਤੁਹਾਡੇ ਕਿੱਥੇ ਵੀ ਹੈਗਾ ਸਪੋਰਟਸ 'ਚ ਪਾ ਦਿਓ ਸਪੋਰਟਸ 'ਚ ਪਾ ਦਿਓ ਪਰ ਉਹ ਕਹਿੰਦੇ ਕਿ ਇਹਨਾਂ ਨੂੰ ਇਸ ਪੋਜੀਸ਼ਨ 'ਤੇ ਨਹੀਂ ਆਉਣ ਦੇਣਾ ਹਾਂਜੀ ਕਿਉਂਕਿ ਦੇ ਵਿਲ ਬੀ ਡੇਂਜਰਸ ਫੋਰ ਅਸ ਸੇਮ ਇਜ਼ ਦਾ ਕੰਡੀਸ਼ਨ ਇਫ ਅਮੈਰੀਕਾ ਇਜ਼ ਬੀਂਗ ਗਵਰਨਡ ਬਾਏ ਸਮ ਬ੍ਰੇਨ ਐਂਡ ਬਾਏ ਸਮ ਪਾਰ ਸੇਮ ਵੇ ਇੰਡੀਆ ਇਜ਼ ਆਲਸੋ ਰੂਲਡ ਬਾਏ ਅੰਡਰ ਦੀ ਟੇਬਲ ਪਾਰ ਹਾਂਜੀ ਸੋ ਉਹ ਪਾਵਰਾਂ ਨਹੀਂ ਚਾਹੁੰਦੀਆਂ ਕਿਉਂਕਿ ਸਾਡੀ ਸਿੱਖਾਂ ਦੀ ਸਾਡੀ ਪੰਜਾਬੀਆਂ ਦੀ ਇੰਡੀਅਨ ਸਟੇਟ ਨੂੰ ਹੁਣ ਲੋੜ ਨਹੀਂ ਹੈ ਹਾਂਜੀ ਹੁਣ ਸਾਨੂੰ ਬੰਦੂਕਾਂ ਨਾਲ ਲੜਨ ਦੀ ਲੋੜ ਨਹੀਂ ਮਿਜ਼ਾਈਲਾਂ ਆ ਗਈਆਂ
एयरक्राफ्ट आ गए, वह कहिंदे वी भाई यह जिहड़ी आ मार्शल कौम है, ये मार्शल कौम नूं किवें ना किवें दी मार्शलिटी खत्म करो। वर्ल्ड का इतिहास पढ़ लो, मार्शल कौमां नाल इसे तरह ही होया जो पंजाब दे विच साडे सिखां नाल हो रहा। सो इस करके जिहड़ियां कौमां समझ गईआं, जिहड़ियां संभल गईआं, जिहड़ियां पढ़ गईआं, उन्होंने अपने आप को बचा लिया। तो जेकर तुसीं कहो कि असी जल्द पैसा बनाने के चक्कर दे विच असी पढ़ाई छड्ड दईए, असी चंगीआं पोजीशनां ते ना पहुँचीए, जिन्नी देर असी बिजनेस दे विच नहीं पैंदे असी उन्नी देर कामयाब नहीं हो सकते, क्योंकि खेती साडी घट गई, उन्ने पैसे नाल बिजनेस च आ गए। बिजनेस भावें जवाक पंज हो जाण, बाणीए दे जिन्ने मर्जी हो जाण, एक नवीं हट्टी खोल के दे दिंदा। सो सानू ये एटीट्यूड पैदा करना पैणा, जदों साडे कोल पैसा आ गया असी सौखे हो जाएंगे, साडी सोच सौखी हो जूगी। फिर जिहड़ियां तुसीं गल्लां करदे हो ना भी आ लीडर लूडर कढ़ने, ये साडे लई कोई बाली वड्डी गल नहीं ਜੀ। ਇਹ ਲੋਕ ਵੀ ਫਿਰ ਤੁਹਾਡੇ ਮਤਹਿਤ ਹੋ ਜਾਣਗੇ, ਇਹ ਤੁਹਾਡੇ ਅਕੋਰਡਿੰਗਲੀ ਚੱਲਣਗੇ। ਅਤੇ ਸੋ ਸਾਨੂੰ ਮਜ਼ਬੂਤ ਹੋਣਾ ਪੈਣਾ। ਇਹ ਇੱਕ ਦਿਨ ਦੀ ਖੇਡ ਨਹੀਂ ਹੈ, ਕਿਉਂਕਿ ਜਿਹੜਾ ਡੈਮੇਜ ਹੋ ਜਾਣਾ, ਤੁਹਾਨੂੰ ਇੱਕ ਚੀਜ਼ ਬੜੀ ਇਹ ਆਪਾਂ ਜੇ ਗੱਲ ਕਨਕਲੂਡ ਕਰਨੀ ਹੈ ਤਾਂ ਮੈਂ ਇੱਕ ਤੁਹਾਨੂੰ ਦੱਸਦਾ, ਘਰ ਉਸਾਰਨਾ ਬੜਾ ਸੌਖਾ। ਹਾਂਜੀ, ਡਿਜ਼ਾਈਨ ਕੀਤਾ, ਖਾਲੀ ਥਾਂ ਦੇ ਵਿੱਚ ਬਣਾਇਆ, ਕੰਧਾਂ ਖੜੀਆਂ ਕੀਤੀਆਂ, ਜਦੋਂ ਕਿਤੇ ਵਿਚਾਲਿਓ ਛੱਤ ਟੁੱਟ ਜਾਂਦੀ ਹੈ ਨਾ, ਜਦੋਂ ਰਿਪੇਅਰ ਕਰਦੇ ਹਾਂ ਨਾ, ਉਦੋਂ ਸਾਹ ਬੰਦ ਹੋ ਜਾਂਦਾ, ਕਿਉਂਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਆਹ ਜਿਹੜਾ ਪੱਖਾ ਜਾਂ ਇਹ ਲਾਈਟ ਹੈ ਇਹ ਬਚਾ ਕੇ ਵੀ ਰੱਖਣੀ ਹੈ ਅਤੇ ਨਾਲ ਦੀ ਕੰਧ ਵੀ ਰਿਪੇਅਰ ਕਰਨੀ ਹੈ। ਅਤੇ ਸੋ ਇਟ ਕੰਜ਼ਿਊਮ ਮੋਰ ਟਾਈਮ, ਮੋਰ ਮਨੀ, ਮੋਰ ਐਫਰਟਸ, ਮੋਰ ਬ੍ਰੇਨ। ਹਾਂਜੀ ਹਾਂਜੀ। ਸੋ ਦਾ ਸੇਮ ਵੇ ਵੀ ਨੀਡ ਅ ਰੈਨੋਵੇਸ਼ਨ ਇਨ ਅਵਰ ਸੋਸਾਇਟੀ, ਵੀ ਨੀਡ ਅ ਰੈਨੋਵੇਸ਼ਨ ਆਫ ਥੋਟਸ, ਆਈਡੀਆਜ਼, ਐਵਰੀਥਿੰਗ ਇਨ ਅਵਰ ਕਮਿਊਨਿਟੀ। ਸੋ ਵੀ ਹੈਵ ਟੂ ਪੁੱਟ ਮੋਰ ਐਫਰਟਸ ਇਫ ਯੂ ਵਾਂਟ ਟੂ ਸੇਵ ਯੋਰ ਕਿਡਸ।